जी अस्सलाम वालेकुम शाह जी, क्या हाल है तुम्हारे जनाब? ठीक ठाक हो? जी वालेकुम असलाम इजाजरा जी, मेरे मालिक के कायनात की बड़ी करम नवाजी अलहमदुल्ला। तुसी सुनाओ सही। जी अल्लाह का करम और शुक्र अलहमदुल्ला जनाब। कैंपस रेडियो FM 98.2 जामिया सरगोथा ते तुहाडी अपनी रहतल, तुहाडे अपने वसेब दी सिंजा प्रोग्राम लोक रहतल लै के तुहाडे अपने मोमिन शाह ते इजाज़ राज हाजरे खिदमत हैं। समय लोक रहतल दी सारी टीम दी तरफों ते साडे दोवां दी तरफों अपने सोहणियां सुचियां समाता रखण वाले सोहणे मनमोहणे मनभावणे सजणा बेलियां ते मित्रां नूं ढेर ढेर मुहब्बतां भरिया सलाम। दुआ है कि हर आवण वाला दिन तुहाडे वास्ते ढेर सारी खुशियां लै के आवे, तुसीं जग ते वसदे रहो और सलामत रहो। आमीन आमीन। और समय तुहाडी ते साडी जिहड़ी आवाज़ और समातां दी सांझ है, अल्लाह पाक इस नूं कैमो दैम रखे और तुसीं जिउंदे रहो। साढ़े ते अपने साझे प्रोग्राम दे विच साढ़े नाल जुड़न वास्ते साडा फोन नंबर नोट कर सो। साडा फोन नंबर है 0848-92-3-798। फोन नंबर दोबारा सुन लो जी, 0848-92-3-798। मिलावण दा तरीका सारे दोस्तां नूं इलम है, जिन्हां नूं नहीं पता या जिहड़े नवें साडे लिसनर, इन्हां वास्ते अगर असीं दोबारा दसीए ਤਾਂ 0848 ਕੋਡ ਤੁਸੀਂ ਲਾਣੇ ਸੂਰਤ ਹੀ ਲਾਜ਼ਮੀ ਜਦੋਂ ਤੁਸੀਂ ਆਪਣੇ ਮੋਬਾਈਲ ਸੈੱਟ ਤੋਂ ਜਾਂ ਜ਼ਿਲ੍ਹਾ ਸਰਗੋਧਾ ਤੋਂ ਇਲਾਵਾ ਕਿਸੇ ਹੋਰ ਜ਼ਿਲ੍ਹੇ ਤੋਂ ਜਾਂ ਸ਼ਹਿਰ ਤੋਂ ਤੁਸੀਂ ਸਾਡਾ ਨੰਬਰ ਡਾਇਲ ਕਰਨਾ ਹੈ। ਤਾਂ ਅਗਰ NTC ਜਾਂ PTCL ਸੈੱਟ ਤੁਹਾਡੇ ਸੈੱਟ ਘਰ ਦੇ ਵਿੱਚ ਮੌਜੂਦ ਹੈ ਔਰ ਤੁਸੀਂ ਜ਼ਿਲ੍ਹਾ ਸਰਗੋਧਾ ਦੇ ਵਾਸੀ ਹੋ ਜਾਂ ਜ਼ਿਲ੍ਹਾ ਸਰਗੋਧਾ ਦੇ ਆਲ ਦੁਆਲ ਦੇ ਵਾਸੀ ਹੋ ਤਾਂ ਸਿਰਫ ਔਰ ਸਿਰਫ 92-3-798 ਮਿਲਾ ਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, ਆਪਣੀ ਖੂਬਸੂਰਤ ਗੱਲਬਾਤ ਸਾਡੇ ਤਾਈਂ ਅਤੇ ਆਪਣੇ ਸੋਹਣੇ ਸੱਜਣਾ ਮਿੱਤਰਾਂ ਬੇਲੀਆਂ ਤਾਈਂ ਅਪੜਾ ਸਕਦੇ ਹੋ। ਫੋਨ ਕੀਤਾ ਕਰੋ, ਤੁਹਾਡੇ ਫੋਨਾਂ ਦੀਆਂ ਸਾਨੂੰ ਡੀਕਾਂ ਰਹਿੰਦੀਆਂ, ਤੁਹਾਡੀਆਂ ਖੂਬਸੂਰਤ ਗੱਲਾਂ ਬਾਤਾਂ ਦੀਆਂ ਸਾਨੂੰ ਸਿੱਕਾਂ ਔਰ ਸਧਰਾਂ ਰਹਿੰਦੀਆਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਹਮੋ ਸਾਹਮਣੇ ਵੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਉਸ ਵਾਸਤੇ ਜਨਾਬ ਸਾਡਾ ਫੇਸਬੁੱਕ ਪੇਜ ਮੌਜੂਦ ਹੈ, ਸਾਡਾ ਫੇਸਬੁੱਕ ਪੇਜ ਹੈ ਕੈਂਪਸ ਰੇਡੀਓ FM 98.2 ਸਰਗੋਧਾ ਯੂਨੀਵਰਸਿਟੀ। ਇਸ ਪੇਜ 'ਤੇ ਜਾ ਕੇ ਜਿਤਨਾ ਕਿਤਨਾ ਇਸ ਪੇਜ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸ਼ੇਅਰ ਲਾਜ਼ਮੀ ਕੀਤਾ ਕਰੋ। ਵਾਰ ਵਾਰ ਸਾਡੀ ਗੁਜ਼ਾਰਿਸ਼ ਹੁੰਦੀ ਇਹਦੇ ਨਾਲ ਇਹ ਹੈ ਕਿ ਸਾਡੇ ਰਹਿਤਲ ਦੇ ਵਸੇਬੀਆਂ ਤੱਕ, ਸਾਡੇ ਰਹਿਤਲ ਦੇ ਵਸਨੀਕਾਂ ਤੱਕ ਜ਼ਿਆਦਾ ਤੋਂ ਜ਼ਿਆਦਾ ਪਹੁੰਚਦੀ ਹੈ। ਔਰ ਰਹਿਤਲ ਜਿਹੜੀ ਹੈ ਤੁਹਾਡੀ ਵੀ ਡਿਊਟੀ ਹੈ ਰਹਿਤਲ ਦੇ ਵਸੇਬੀ ਹੋਣ ਦੇ ਸਬੱਬ, ਔਰ ਸਾਡੀ ਵੀ ਇਹ ਡਿਊਟੀ ਹੈ ਜੋ ਕਿ ਅਸੀਂ ਵੀ ਨਿਭਾ ਰਹੇ ਹਾਂ। ਅਤੇ ਸਾਡੀ ਡਿਊਟੀ ਤਾਂ ਪੂਰੀ ਆਉਂਦੀ ਹੈ ਕਿ ਸਾਡੀ ਜਿਹੜੀ ਇਹ ਰਹਿਤਲ ਹੈ ਜਿਹੜੀ ਅਸੀਂ ਬਿਆਨ ਕਰਦੇ ਪਏ ਹਾਂ ਸਾਡੇ ਆਪਣੇ ਰਹਿਤਲ ਦੇ ਵਸੇਬੀਆਂ ਤੱਕ ਪਹੁੰਚੇ ਤਾਂ। ਤਾਂ ਜਨਾਬ ਹਸਬੇ ਰਵਾਇਤ ਅੱਜ ਤੁਹਾਡੇ ਕੋਲ ਅਸਾਂ ਜਿਹੜੀ ਲਫ਼ਜ਼ ਪੁੱਛਣਾ ਜਾਂ ਜਿਹੜੀ ਚੀਜ਼ ਪੁੱਛਣੀ ਹੈ ਉਹ ਜਨਾਬ ਤੁਸੀਂ ਅੱਜ ਦੱਸਣੀ ਹੈ ਕਿ ਮੂੰਹ ਵਿਖਾਲੀ ਕਿਨੂੰ ਆਤੇ ਆ। ਤੁਸੀਂ ਅੱਜ ਦੱਸਣਾ ਹੈ ਜਨਾਬ ਸਾਡੀ ਇੱਕ ਰਸਮ ਤੁਸੀਂ ਕਹਿ ਲਓ ਹੈ, ਅਤੇ ਉਹ ਕਿਵੇਂ ਦੀ ਹੈ ਰਸਮ, ਕਿਹੜੀ ਜਗ੍ਹਾ 'ਤੇ ਉਹ ਵਰਤੀ ਵਹਿੰਦੀ ਹੈ, ਮੂੰਹ ਵਿਖਾਲੀ ਜਿਹੜੀ ਹੈ ਇਹ ਕਿਹਨੂੰ ਸੱਦਣ। ਤਾਂ ਮਜੀਦ ਸ਼ਾਹ ਸਾਹਿਬ ਹੋਰਾਂ ਜਨਾਬ ਇਹਦੇ 'ਤੇ ਕੋਈ ਚਾਨਣ ਪਾ ਕੇ ਤੁਹਾਨੂੰ ਹੋ ਸਕਦਾ ਹੈ ਕਿ ਕੋਈ ਜਿਵੇਂ ਅੱਧੇ ਦਸ ਛੁੜਨ ਦੇ ਨੂੰ ਦਸ ਛੁੜਨ ਤਾਂ ਉਹਨਾਂ ਕੋਲ ਬਹਿੰਦੇ ਹਾਂ। ਜਨਾਬ ਸ਼ਾਹ ਜੀ ਮੂੰਹ ਵਿਖਾਲੀ ਪੁੱਛਿਆ ਜਨਾਬ ਅੱਜ ਦੋਸਤਾਂ ਬੇਲੀਆਂ ਮਿੱਤਰਾਂ ਕੋਲੋਂ। ਲਓ ਜੀ ਮੂੰਹ ਵਿਖਾਲੀ ਦੀ ਵੀ ਗੱਲ ਕਰ ਲੈਂਦੇ ਹਾਂ ਅਤੇ ਬਾਅਦ ਇੱਕ ਜ਼ਿੰਦਗੀ ਦੇ ਵਿੱਚ ਚੰਦ ਨੇ ਮੇਰੇ ਖਿਆਲ ਸ਼ਾਇਦ ਬਹੁਤ ਲੋਕ ਹੁੰਦੇ ਜਿਨ੍ਹਾਂ ਨੂੰ ਇੱਕੋ ਵਾਰੀ ਵਕਤ ਮਿਲਦਾ। ਮੂੰਹ ਵਿਖਾਲੀ ਦੇ ਮੂੰਹ ਵਿਖਾਣ ਦੇ ਦੋ ਤੋਂ ਤਰੇ ਮੰਜ਼ਰ ਹੁੰਦੇ ਨੇ ਹੁਣ, ਤੇ ਦੋਵੇਂ ਮੰਜ਼ਰ ਬੜੇ ਰਿਕਤ ਅਮੇਜ਼ ਹੁੰਦੇ ਨੇ। ਤੇ ਇੱਕ ਮੈਂ ਗੱਲ ਕਰ ਲਵਾਂ ਬਾਹਰ ਤਾਰੀਖ ਦੀ ਤੇ ਬਾਅਦ ਮੈਂ ਤੁਹਾਨੂੰ ਮੰਜ਼ਰ ਜਿਹੜਾ ਨਾ ਅੱਗੋ ਸੱਜਣ ਤੁਸਾਂ ਦੱਸਣਾ, ਮੈਂ ਜਿਹੜੀ ਦੱਸਣੀ ਹੈ ਮੰਜ਼ਰ ਤੁਸਾਂ ਦੱਸਣਾ, ਮੰਜ਼ਰ ਸਿਰਫ ਦੱਸ ਛੋੜਿਆ ਸ਼ਾਹ ਸਾਹਿਬ ਹੋਰਾਂ ਬਈ ਮੰਜ਼ਰ ਦੋਵੇਂ ਬੜੇ ਤਕਲੀਫ ਦੇ ਹੁੰਦੇ ਨੇ। ਤੇ ਹਰ ਚੀਜ਼ ਦਾ ਜਿਹੜਾ ਨਾ ਰਾਜ ਦੋ ਪਹਿਲੂ ਹੁੰਦੇ ਨੇ ਜੀ ਬਿਲਕੁਲ, ਇੱਕ ਹੁੰਦਾ ਪੋਜ਼ਿਟਿਵ ਪਹਿਲੂ, ਇੱਕ ਹੁੰਦਾ ਨੈਗੇਟਿਵ, ਮਤਲਬ ਇੱਕ ਚੰਗਿਆਈ ਹੁੰਦੀ ਹੈ, ਇੱਕ ਹੁੰਦੀ ਹੈ ਮਾੜਾ ਕੰਮ ਹੁੰਦਾ। ਤੇ ਇਹ ਵਿੱਚ ਮੈਂ ਅੰਗਰੇਜ਼ੀ ਦਾ ਲਫ਼ਜ਼ ਬੋਲਿਆ ਨਾ ਤੇ ਉਹ ਨਾ ਉਹਦੀ ਅੱਜ ਵਜ੍ਹਾ ਪਤਾ ਕੀ ਨੇ, ਅੱਜ ਮੈਂ ਪੜ੍ਹਿਆ ਜਾਤਕਾਂ ਦੇ ਵਿੱਚ ਬੈਠਾ ਰਿਹਾ ਤੇ ਜੱਟ ਚੋਣ ਮੇਰਾ ਲੱਗਾ ਮਾਸ਼ਾਅੱਲਾ, ਲੇਕਿਨ ਉਹਨਾਂ ਪੜ੍ਹਿਆ ਲਿਖਿਆ ਜਾਤਕਾਂ ਦੇ ਵਿੱਚ ਜਿਹੜਾ ਮੈਂ ਗੱਲ ਸਵਾਦ ਦੀ ਉਹ ਮੈਂ ਤੁਹਾਨੂੰ ਦੱਸਣੀ ਹੈ, ਤੁਸਾਂ ਆਪ ਉਸ 'ਤੇ ਜਨਾਬੇ ਲਾ ਬੜਾ ਖੁਸ਼ ਹੋਣਾ। ਅੱਛਾ ਮਾਸ਼ਾਅੱਲਾ, ਚੰਦ ਦੀ ਹੋ ਗਈ ਜੀ 12 ਸ਼ਾਬਾਨ, ਮਤਲਬ ਹੈ ਕਿ ਅੱਜ 12 ਤਾਰੀਖ ਹੋ ਗਈ ਨੇ ਤੇ ਵਾਰ ਹੋ ਗਈ 23 ਤਾਰੀਖ, ਫੱਗਣ ਹੋ ਗਈ 12 ਤਾਰੀਖ ਤੇ ਵਾਰ ਅੱਜ ਮਹੀਨੇ ਤੇ 2024 ਹੋ ਗਿਆ ਸਾਡਾ ਸਾਲ। ਤੇ ਜਿਹੜੀ ਮੈਂ ਗੱਲ ਕਰਦਾ ਸੁਣ ਕਿ ਮੈਂ ਪੜ੍ਹਿਆ ਲਿਖਿਆ ਜਿਹਦੇ ਵਿੱਚ ਬੈਠਾ ਆ ਸੂ, ਅੱਜ ਜਾਮੀਆ ਸਰਗੋਧਾ ਯੂਨੀਵਰਸਿਟੀ ਆਫ ਸਰਗੋਧਾ ਦੇ ਵਿੱਚ ਰਿਆਜ਼ ਸ਼ਾਦ ਫੋਰਮ ਦੇ ਤਹਿਤ ਜਿਹੜੀਆਂ ਹਮ ਨਸਾਬੀ ਸਰਗਰਮੀਆਂ ਹੁੰਦੀਆਂ ਨੇ, ਅੱਜ ਜਿਤਨੇ ਸਾਡੇ ਬੱਚੇ ਇਹਨਾਂ ਦੇ ਵਿੱਚ ਪੜ੍ਹਦੇ ਨੇ ਇਸ ਯੂਨੀਵਰਸਿਟੀ ਦੇ ਵਿੱਚ, ਬੱਚੀਆਂ ਬੱਚੇ,
ਉਹਨਾਂ ਦੇ ਵਿੱਚ ਮੁਕਾਬਲਾ ਜਾਤ ਆਣ। ਅੱਛਾ, ਮਤਲਬ ਹੈ ਕਿ ਤੁਸੀਂ ਆਖੋ ਕਿ ਟਾਕਰਾ। ਅੱਛਾ, ਉਰਦੂ ਗਜ਼ਲ। ਅੱਛਾ, ਉਰਦੂ ਨਜ਼ਮ, ਬੈਤਬਾਜ਼ੀ, ਪੰਜਾਬੀ ਨਜ਼ਮ ਔਰ ਪੰਜਾਬੀ ਗਜ਼ਲ। ਅੱਛਾ, ਮਾਸ਼ਾ ਅੱਲਾ। ਔਰ ਉਹਦੇ ਵਿੱਚ ਮਾਣ ਆਖਾਂ ਆਪਣੇ ਆਪ ਨੂੰ, ਯਾ ਆਖਾਂ ਕਿ ਕਾਇਨਾਤ ਦੇ ਕਰੀ ਮਾਲਕ ਦੀ ਕਰਮ ਨਵਾਜ਼ੀ। ਉਹਦੇ ਬਾਅਦ ਮੈਨੂੰ ਸੱਦਾ ਮਿਲਿਆ ਕਿ ਵੀ ਜੇ ਤੁਸੀਂ ਆਉਣਾ ਹੈ ਤਾਂ ਮੇਰੇ ਨਾਲ ਡਾਕਟਰ ਪ੍ਰੋਫੈਸਰ ਹਸਨ ਮੁਰਤਜ਼ਾ ਸ਼ਾਹ ਸਾਹਿਬ ਵੀ ਆਉਣ। ਉਹਨਾਂ ਉਰਦੂ ਦਾ, ਕਿਉਂਕਿ ਮੈਨੂੰ ਨਾਪਕਸ ਹੋ ਪੈਂਦੀ ਅਗਰ ਬਾਲਾ ਉਰਦੂ ਬੋਲਣ ਲਿਖਣ ਲੱਗ ਪਵਾਂ ਨਾ, ਅਤੇ ਮੈਨੂੰ ਪੰਜਾਬੀ ਦਿੱਤੀ ਗਈ ਕਿ ਜੇ ਤੁਸੀਂ ਇਹਦੀ ਜੱਜਮੈਂਟ ਕਰਨੀ। ਮੈਂ ਆਖਿਆ ਮੈਂ ਜੱਜਮੈਂਟ ਕੇ ਕਰਨੀ, ਮੈਂ ਤਾਂ ਸਵਾਦ ਲੈਣਾ ਸ਼ੇਰਾਂ ਦਾ। ਮੈਨੂੰ ਅੱਜ ਬੜੀ ਚਸ ਆਈ ਉੱਥੇ ਜੀ, ਦੋ ਬੱਚੀਆਂ ਜਿਹੜੀਆਂ ਨੇ ਉਹਨਾਂ ਦਾ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਾਂਗਾ। ਅੱਛਾ, ਮਾਸ਼ਾ ਅੱਲਾ। ਇੱਕ ਬੱਚੀ ਦਾ ਨਾਂ ਹੈ ਮਹਿਰੀਨ ਇਨਸਬਾਤ। ਅੱਛਾ, ਮਾਸ਼ਾ ਅੱਲਾ। ਦੂਸਰੀ ਬੱਚੀ ਦਾ ਨਾਂ ਹੈ ਜੀ ਖਦੀਜਾ ਜਾਵੇਦ। ਨਜ਼ਮ ਆਈ ਕਿ ਅੱਜ ਅੱਖਾਂ ਵਾਰਸ ਸ਼ਾਹ। ਵਾਹ 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 ਵਾਹ, ਜ਼ਬਰਦਸਤ। ਅਰ ਮੈਨੂੰ ਬੜੀ ਚਸ ਆਈ, ਬੜਾ ਸਵਾਦ ਆਇਆ। ਇੱਕ ਮਹਿਨਾਲ ਨਾਂ ਦੀ ਬੱਚੀ ਆਈ, ਉਹ ਬੈਤਬਾਜ਼ੀ ਦੇ ਵਿੱਚ ਸੈਕਿੰਡ ਆਈ। ਅੱਛਾ, ਮਾਸ਼ਾ ਅੱਲਾ। ਥੋੜ੍ਹਾ ਅਜੇ ਅਗਰ ਨਾਨਾ ਥੁੜਕਦੀ ਇੱਕ ਸ਼ੇਰ, ਜ਼ਰਾ ਟਾਈਮ ਤੋਂ ਥੋੜ੍ਹਾ ਜਿਹਾ ਲੇਟ ਹੋ ਗਈ, ਜਿਸ ਵਜ੍ਹਾ ਤੋਂ ਸੈਕਿੰਡ 'ਤੇ ਚਲੀ ਗਈ। ਨਹੀਂ ਤਾਂ ਉਹ ਬੱਚੀ ਜਿਹੜੀ ਹੈ ਫਸਟ ਦੇ ਕਾਬਲ ਹੈ। ਉਸਦਾ ਅੰਦਾਜ਼ ਗੱਲ ਹੁੰਦੀ ਨਾ ਕਿ ਤੁਸੀਂ ਸ਼ੇਰ ਪੜ੍ਹਦੇ ਹੋ ਨਾ, ਤੁਸੀਂ ਜਿੱਡਾ ਮਰਜ਼ੀ ਵੀ ਚੰਗਾ ਸ਼ੇਰ ਹੋਵੇ, ਜਿਸ ਵੇਲੇ ਤੁਸੀਂ ਉਹਦੀ ਅਦਾਇਗੀ ਨੂੰ ਰਸਵਾਦੀ ਕਰਦੇ ਵੱਧ ਤੋਂ ਗੱਲ ਨਹੀਂ ਹੁੰਦੀ। ਅਤੇ ਜਿਹੜਾ ਮਹਿਰੀਨ ਨੇ ਲਿਖਿਆ ਨਾ, ਮੈਂ ਉਹਦਾ ਤੁਹਾਨੂੰ ਪਹਿਲੀ ਗੱਲ ਸੁਣਾਵਾਂ ਕਿ ਮਹਿਰੀਨ ਨੇ ਨਜ਼ਮ ਜਿਹੜੀ ਲਿਖੀ ਹੈ ਨਾ, ਕਿ ਅੱਜ ਅੱਖਾਂ ਵਾਰਸ ਸ਼ਾਹ ਨੂੰ ਤੂੰ ਲਿਖੀ। ਇੱਕ ਲੋਕ ਕਹਾਣੀ ਸੀ, ਇੱਕ ਰਾਂਝਾ ਸੀ, ਇੱਕ ਧੀਦੋ ਸੀ, ਇੱਕ ਸੋਹਣੀ ਹੀਰ ਸਿਆਣੀ ਸੀ। ਕਿ ਅੱਜ ਅੱਖਾਂ ਵਾਰਸ ਸ਼ਾਹ ਨੂੰ, ਕਿ ਜਦੋਂ ਇੱਥੇ ਦੁਸ਼ਮਣ ਹੁੰਦੇ ਸਨ, ਜਿਹਦੇ ਆਪਣੇ ਦੁਸ਼ਮਣ ਹੁੰਦੇ ਸਨ, ਇਹ ਕਥਾ ਨਹੀਂ ਦੇਸ ਬੇਗਾਨੇ ਦੀ, ਇਹ ਗੱਲ ਏ ਵਕਤ ਪੁਰਾਣੇ ਦੀ, ਜਦੋਂ ਸੱਚ ਨੂੰ ਲੋਕੀ ਮੰਨਦੇ ਸਨ, ਜਦੋਂ ਕਾਜ਼ੀ ਨਹੀਂ ਸੀ ਵਿਕਦੇ ਤੇ। ਮਾਮਲਾ ਹੈ ਕਿ ਇਹਦੇ ਬੰਨ ਤੇ ਮਾਸ਼ਾਅੱਲਾ ਬਹੁਤ ਜ਼ਿਆਦਾ ਲਿਖੇ ਨੇ, ਔਰ ਛੇਕੜ ਤੇ ਉਸਦੀ ਅਰਦਾਸ ਇਹੀ ਆਈ ਕਿ ਮੈਂ ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਆਖਾਂ ਨਾ, ਕਾਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ। ਇਸ ਬੱਚੀਆਂ ਦੋਵਾਂ ਨੇ ਵੀ ਬੜਾ ਬਾ ਕਮਾਲ ਲਿਖਿਆ, ਔਰ ਮੈਂ ਦਿੱਲੀ ਤੌਰ 'ਤੇ ਅੱਜ ਬੜਾ ਖੁਸ਼ ਹੋਇਆ ਕਿ ਇੱਕ ਸਾਡੇ ਜਿਹੜੇ ਪੜਾਕੂ ਜਾਤਕ ਨੇ ਨਾ, ਉਹ ਪੰਜਾਬੀ ਵਾਲੇ ਪਾਸੇ ਵੀ ਜਿਹੜਾ ਨਾ ਬੜਾ ਭਰਮਾ ਮੁਹਾੜ ਹੈ। ਸ਼ਾਹ ਜੀ, ਪੰਜਾਬੀ ਦੇ ਬਾਰੇ ਮੈਂ ਤੁਹਾਨੂੰ ਦੱਸੀ ਵਈਆਂ ਤਾਂ ਅਗਲੇ ਦਿਨ ਇੰਝ ਯਾਰ ਗੱਲ ਹੋਈ ਹੈ ਅਤੇ ਬੈਠੇ ਆ ਸਿੰਝੇ ਅਤੇ ਗੱਲ ਆਉਂਦੀ ਪਈ ਆਏ ਕਿ ਪੰਜਾਬੀ ਤੁਹਾਡਾ ਮੇਰਾ ਸਾਡੇ ਸਾਰੇ ਜਿਤਨੇ ਪੰਜਾਬੀ ਅਦੀਬ ਹੋ ਗਏ, ਲਿਖਾਰੀ ਹੋ ਗਏ, ਪੰਜਾਬੀ ਗੀਤਕਾਰ ਹੋ ਗਏ, ਗਾਉਣ ਵਾਲੇ ਹੋ ਗਏ, ਇਹਨਾਂ ਦੀ ਅਣਥੱਕ ਮਿਹਨਤ ਦੇ ਨਾਲ ਅਸੀਂ ਆਪਣੀ ਮੰਜ਼ਿਲ ਦੇ ਬਿਲਕੁਲ ਕਰੀਬ ਅੱਪੜ ਗਏ ਹਾਂ। ਜਿਹੜੀ ਬਾਂਗ ਆਈ ਨਾ ਸਾਡੀਆਂ ਵੱਡੀਆਂ ਮਾੜੀ ਚੰਗੀ ਦਿੱਤੀ ਆ, ਮੇਰੇ ਖਿਆਲ ਦੇ ਮੁਤਾਬਿਕ ਅਸੀਂ ਜਨਾਬ ਹੁਣ ਮੰਜ਼ਿਲ ਸਨ ਸਾਹਮਣੇ ਦਿਸਦੀ ਪਈ ਹੈ, ਮੁਹੱਬਤਾਂ ਦੀ ਨਮਾਜ਼ ਨਿਤਣ ਦਾ ਟਾਈਮ ਆ ਗਿਆ। ਅੱਛਾ, ਉਹਦੀ ਮੈਂ ਤੁਹਾਨੂੰ ਮਿਸਾਲਾਂ ਕੁਝ ਚੰਦ ਇੱਕ ਦੇ। ਜੀ ਜੀ, ਤੁਸੀਂ ਟੀਵੀ ਕੋਈ ਲੈਂਦੇ ਹੋ ਨਾ, ਜਦੋਂ ਐਂਟਰਟੇਨਮੈਂਟ ਦਾ ਜਿਹੜਾ ਟਾਈਮ ਹੁੰਦਾ ਉਹਦੇ ਵਿੱਚ ਅਕਸਰ ਤੌਰ ਤੇ ਹੁੰਦੇ ਨੇ ਜਨਾਬ ਸ਼ੋਅ ਹੁੰਦੇ ਨੇ ਤੁਹਾਡੇ 9-10 ਵਜੇ ਤੋਂ ਬਾਅਦ ਬਾਅਦ ਸਾਰਾ ਦਿਨ ਉਹ ਜਿਹੜੇ ਚੱਲਦੇ ਰਹਿੰਦੇ ਨੇ, ਉਹਨਾਂ ਸ਼ੋਆਂ ਦੇ ਸ਼ੋਅ ਉਰਦੂ 'ਚ ਆਉਂਦੇ ਨੇ। ਅੱਛਾ, ਉਹਦੇ ਵਿੱਚ ਜਿਹੜੇ ਲਵਾਜ਼ਮਾਤ ਸ਼ਾਮਿਲ ਕੀਤੇ ਰਹਿੰਦੇ ਨਾ, ਉਹਨਾਂ ਦੇ ਵਿੱਚ ਲਾਜ਼ਮੀ ਤੌਰ 'ਤੇ ਅਗਰ ਤੁਸੀਂ ਉਸ ਨਾਲ ਗਾਣਾ ਰੱਖਿਆ ਤਾਂ ਉਹ ਪੰਜਾਬੀ 'ਚ ਪੇਸ਼ ਕੀਤਾ ਹੋਇਆ। ਬਿਲਕੁਲ ਪੰਜਾਬੀ 'ਚ, ਤੁਸੀਂ ਮਤਲਬ ਇਸ 'ਤੇ ਐਗਰੀ ਹੋ। ਅਗਰ ਉਹਨਾਂ ਕੋਈ ਵਿੱਚ ਸ਼ੇਅਰ ਕੀਤਾ ਹੋਇਆ ਵਸਦੇ ਲੋਕ ਜਿਹੜੇ ਨਾ, ਉਹਨਾਂ ਦੇ ਸ਼ੇਅਰ ਅਕਰਮ ਉਦਾਸ ਨੇ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਪੜੇ ਨੇ, ਰੁਬਾਈ ਕਰਕੇ ਤੋਂ ਗਜ਼ਲ ਦੇ ਵੀ ਸ਼ੇਅਰ ਰੁਬਾਈ ਬਣਾ ਕੇ ਪੜ ਛੱਡਦੇ ਜਨਾਬ, ਮੇਰੇ ਆਪਣੇ 7-8 ਸ਼ੇਅਰ ਹੋ ਸਕਦੇ। ਬਿਲਕੁਲ ਇੰਜ ਗੱਲ ਹੈ। ਅੱਛਾ, ਵਾ ਤੁਸੀਂ ਸ਼ਾਮ ਵਾਲੇ ਪ੍ਰੋਗਰਾਮ, ਤੁਸੀਂ ਇੰਟਰਟੇਨਮੈਂਟ ਵਾਲੇ ਜਿਤਨੇ ਵੀ ਹਨ ਤੁਸੀਂ ਵੇਖ ਲਓ, ਜਿਹੜੇ ਖਾਸ ਕਰ 8 ਵਜੇ ਜਾਂ 9 ਵਜੇ ਜਿਹੜੇ ਸ਼ੁਰੂ ਹੁੰਦੇ ਨੇ, ਅੱਛੇ ਉਹਨਾਂ ਦੇ ਵਿੱਚ ਆਡੀਅੰਸ ਜਿਹੜੇ ਨੇ ਉਹਨਾਂ ਕੋਲ ਜਦੋਂ ਵੀ ਤੂੰ ਕੋਈ ਮਾਇਕ ਲੈ ਕੇ ਵਹਿੰਦਾ ਹੈ ਨਾ, ਉਹ ਤਾਂ ਉਹਨਾਂ ਕੋਲ ਕੋਈ ਸ਼ੇਅਰ ਸੁਣਦੇ ਨੇ ਤਾਂ ਤੁਹਾਨੂੰ ਪੰਜਾਬੀ 'ਚ ਸ਼ੇਅਰ ਸੁਣਨ ਦਾ ਮਤਲਬ ਇਹ ਮਿਲ ਸੀ। ਇਹ ਤੁਸੀਂ ਇਸੇ 'ਤੇ ਵੀ ਐਗਰੀ ਹੋ? ਬਿਲਕੁਲ। ਔਰ ਵੇਖੋ, ਮੈਂ ਜਿਹੜਾ ਇੱਕ ਬੰਦੇ ਦਾ ਨਾਂ ਜਿਹੜਾ ਨੂੰ ਮੈਂ ਥੋੜ੍ਹਾ ਜਿਹਾ ਲੇਟ ਪਤਾ ਕਿਉਂ ਕੀਤਾ, ਤਾਂ ਕਿ ਤੁਸੀਂ ਮੇਰੇ 'ਤੇ ਸਵਾਲ ਕਰੋ ਅਤੇ ਮੈਂ ਤੁਹਾਨੂੰ ਦੱਸਾਂ ਅਤੇ ਤੁਸੀਂ ਸਵਾਦ ਮਾਣੋ। ਗਜ਼ਲ ਔਰ ਨਜ਼ਮ ਦੋਵਾਂ ਦਾ ਜਿਹੜਾ ਪਹਿਲਾ ਇਨਾਮ ਆ ਨਾ,
मतलब है कि जड़ा रिजल्ट आ पहली पोजीशन आई हमजा जंजुआ नाम है जो माशाल्लाह यार उस बंदे दी ओ लफ्ज़ कितवी दे पढ़ के आन जी ये मेरा ख्याल है शायद एक बच्ची तो मेरा ख्याल है 13वीं जमात दी आई अच्छा शाहपुरी लहजा हा पता की आखा जरा ना पिंजर सड़दा पिया ਇਹੋ ਜਿਹੇ ਲਫ਼ਜ਼ ਯਾਰ ਉਸ ਲਾਏ ਨੇ ਮੈਨੂੰ ਬੜਾ ਪਸੰਦ ਆਇਆ ਅਫਸੋਸ ਹੈ ਕਿ ਉਹਦੀ ਨਜ਼ਮ ਜਿਹੜੀ ਆਈ ਨਾ ਉਹ ਵੱਤ ਜਮ੍ਹਾਂ ਕਰਾਉਣ ਵਾਸਤੇ ਇੱਕ ਹੀ ਕਾਪੀ ਆਈ ਤਾਂ ਉਹਦੇ ਜਮ੍ਹਾਂ ਹੋ ਗਈ ਮੈਂ ਉਹਦੇ ਤੋਂ ਫੈਜ਼ ਨਹੀਂ ਲੈ ਸਕਿਆ ਲੇਕਿਨ ਇਨਸ਼ਾਅੱਲਾ ਜੱਤ ਕੇ ਕੋਲ ਮੈਂ ਲਵਾਂਗਾ ਅਤੇ ਇੱਥੇ ਹੁਣ ਅਗਲੀ ਗੱਲ ਇਹ ਕਰੀਏ ਕਿ ਜਨਾਬ 21 ਫਰਵਰੀ 'ਤੇ ਤੁਸੀਂ ਸਰਗੋਧੇ ਦੀ ਨੁਮਾਇੰਦਗੀ ਕੀਤੀ ਬਿਲਕੁਲ ਉਹਦੇ ਬਾਰੇ 'ਚ ਕੋਈ ਹਾਲ ਚਾਲ ਸੁਣਾਓ ਪਿੰਡਾ ਕਿਵੇਂ ਦਾ 21 ਫਰਵਰੀ ਤੇ ਜਿਹੜੇ ਬਹੁਤ ਜ਼ਿਆਦਾ ਇਕੱਠ ਕੀਤੇ ਗਏ ਨੇ ਮਾਂ ਬੋਲੀ ਦੇ ਹਵਾਲੇ ਦੇ ਨਾਲ ਉਹਦੇ ਵਿੱਚ ਮੇਰੇ ਖਿਆਲ ਦੇ ਮੁਤਾਬਿਕ ਪੰਜਾਬੀ ਇਹਦੇ ਵਿੱਚ ਸਰੇ ਫਹਿਰਿਸਤ ਰਹੀ ਹੈ ਅੱਛਾ ਸ਼ਾਹ ਜੀ ਮੈਂ ਤੁਹਾਨੂੰ ਇਹ ਵੀ ਥੋੜ੍ਹਾ ਜਿਹਾ ਦੱਸਾਂ ਕਿ ਪੰਜਾਬੀ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਪੰਜਾਬੀ ਜਿਹੜੇ ਨੇ ਉਹਨਾਂ ਦੀ ਮੰਜ਼ਿਲ ਜਿਹੜੀ ਸਾਹਮਣੇ ਨਜ਼ਰ ਆ ਗਈ 21 ਫਰਵਰੀ ਜਿਹੜੀ 21 ਫਰਵਰੀ ਅੱਛਾ 21 ਫਰਵਰੀ ਤੇ ਮੁਖਤਲਿਫ ਹਰ ਕਿਸੇ ਨੇ ਸਿੰਧੀਆਂ ਨੇ ਆਪਣੀ ਮਾਂ ਬੋਲੀ ਦਾ ਕੀਤਾ ਠੀਕ ਹੈ ਸਾਰੇ ਪਸ਼ਤੂਨ ਨੇ ਕੀਤਾ ਬਲੋਚੀਆਂ ਕੀਤਾ ਉਸ ਤੋਂ ਬਾਅਦ ਉਰਦੂ ਵਾਲੇ ਜਿਹੜੇ ਨੇ ਉਹਨਾਂ ਵੀ ਕੀਤੀਆਂ ਨੇ ਆਪਣੀਆਂ ਜਿਨ੍ਹਾਂ ਦੀ ਮਾਂ ਬੋਲੀ ਉਰਦੂ ਹੈ ਉਹਨਾਂ ਵੀ ਕੀਤੀਆਂ ਵੇਖੋ ਮਾਂ ਬੋਲੀ ਉਹ ਹੈ ਕਿ ਜਿਹੜੀ ਜਿਸ ਦੇ ਵਿੱਚ ਤੁਹਾਨੂੰ ਆਪਣੀ ਮਾਂ ਨੇ ਸ਼ੌਰ ਦੇ ਨਾਲ ਨਾਲ ਮਤਲਬ ਤੁਹਾਨੂੰ ਜਿਸ ਬੋਲੀ ਦੇ ਵਿੱਚ ਆਪਣੀ ਮਾਂ ਨੇ ਸ਼ੌਰ ਦਿੱਤਾ ਉਹ ਤੁਹਾਡੀ ਮਾਂ ਬੋਲੀ ਹੈ ਚਾਹੇ ਕਿਸੇ ਨੇ ਉਰਦੂ 'ਚ ਕਿਸੇ ਮਾਂ ਨੇ ਦਿੱਤਾ ਤਾਂ ਉਹਦੀ ਮਾਂ ਬੋਲੀ ਉਰਦੂ ਹੋਈ ਅਗਰ ਸਿੰਧੀ ਦੇ ਵਿੱਚ ਕਿਸੇ ਨੇ ਦਿੱਤਾ ਤਾਂ ਸਿੰਧੀ ਹੋਈ ਪਸ਼ਤੂਨ ਮਤਲਬ ਇਹ ਸਾਰੇ ਆਪਣੇ ਆਪਣੇ ਅਤੇ ਜਿਹੜੇ ਪੰਜਾਬੀ ਹਨ ਅਸਾਂ ਕਿਉਂਕਿ ਆਪਣੀ ਪੰਜਾਬੀ ਦਾ ਇਸ ਵਜ੍ਹਾ ਤੋਂ ਜ਼ਿਆਦਾ ਪ੍ਰਚਾਰ ਕਰਦੇ ਹਾਂ ਕਿ ਸੰਨ ਜਿਹੜਾ ਤਾਂ ਜਿਹੜੀ ਗੁੱਟੀ ਮਿਲੀ ਹੈ ਨਾ ਆਪਣੀ ਪੰਜਾਬਣ ਮਾਂ ਤੋਂ ਮਿਲੀ ਹੈ ਔਰ ਸ਼ੌਰ ਜਿਹੜਾ ਪੰਜਾਬੀ ਦੇ ਵਿੱਚ ਸਾਨੂੰ ਪੰਜਾਬਣ ਮਾਂ ਨੇ ਦਿੱਤਾ ਤਾਂ ਮੇਰੇ ਖਿਆਲ 'ਚ ਇਹਦੇ ਵਿੱਚ ਹੀ ਸਾਰੇ ਫਹਿਰਿਸਤ ਜਿਹੜੇ ਹਨ ਨਾ ਉਹ ਪੰਜਾਬੀ ਲੋਕ ਹਨ ਜਿਹਨਾਂ ਕਿ ਮਾਂ ਬੋਲੀ 'ਤੇ ਭਰਵੇਂ ਇਕੱਠ ਕੀਤੇ ਨੇ ਆਪਣੇ ਉਹਦੇ ਵਿੱਚ ਇੱਕ ਇਕੱਠ ਇੱਥੇ ਸਰਗੋਧਾ ਦੇ ਵਿੱਚ ਮਾਸ਼ਾਅੱਲਾ ਬੜਾ ਅੱਛਾ ਵੇਖਣ ਨੂੰ ਮਿਲਿਆ ਜਿਹੜਾ ਮਜਲਿਸ ਮੀਆਂ ਮੁਹੰਮਦ ਦੇ ਛੱਤਰ ਛਾਵੇਂ ਹੋਇਆ ਉਹਦੇ ਵਿੱਚ ਮੁਖਤਲਿਫ ਐਤਕੀ ਸਦੀਆਂ ਗਈਆਂ ਸਾਰੀਆਂ ਮਤਲਬ ਮੈਂ ਕੋਸ਼ਿਸ਼ ਕੀਤੀ ਰਾਜੀ ਕਿ ਮੇਰੇ ਸਰਗੋਧੇ ਦੀਆਂ ਜਿਤਣੀਆਂ ਤਨਜ਼ੀਮਾਂ ਹੈ ਨੇ ਸਾਰਿਆਂ ਦੀ ਨੁਮਾਇੰਦਗੀ ਹੋਵੇ ਜਿਵੇਂ ਸਾਡੇ ਕੋਲ ਬਜ਼ਮੇ ਹਯਾਤ ਅਦਬ ਦੇ ਨੁਮਾਇੰਦੇ ਲੋਕ ਆਏ ਹੋਏ ਹਨ ਉਸ ਤੋਂ ਬਾਅਦ ਮਜਲਿਸ ਮੀਆਂ ਮੁਹੰਮਦ ਹੋ ਗਈ ਪੰਜਾਬੀ ਸਰਗੋਧਾ ਹੋ ਗਈ ਰੈਤਲ ਕਢਾਣਾ ਬਾਹਰ ਵਾਲੇ ਹੋ ਗਏ ਉਸ ਤੋਂ ਬਾਅਦ ਦਰਦ ਭਰਿਓ ਦੇ ਲੋਕ ਹੋ ਗਏ ਅਲ ਮੁਖਤਸਰ ਕਿ ਅਸਾਂ ਕੋਸ਼ਿਸ਼ ਕੀਤੀ ਹੈ ਕਿ ਬਈ ਇਹ ਦੀਵਾ ਜਿਹੜਾ ਨਾ ਇਸਦਾ ਚਾਨਣਾ ਤੇਜ਼ ਹੋ ਜਾਵੇ ਬਿਲਕੁਲ ਇੱਥੇ ਹੋਇਆ ਸਰਗੋਧੇ ਦੇ ਵਿੱਚ ਉਸ ਤੋਂ ਬਾਅਦ ਅਲੀ ਅਹਿਮਦ ਗੁਜਰਾਤੀ ਗੁਜਰਾਤ ਤੇ ਚੱਚਾ ਗੁਜਰਾਤ ਤੋਂ ਮੈਨੂੰ ਗੱਲ ਯਾਦ ਆ ਗਈ ਕਿ ਮੇਰੇ ਕੋਲ ਇਸ ਵਾਰੀ ਉਚੇਚੀ ਮਹਿਮਾਨ ਜਿਹੜੀ ਆਈ ਉਹ ਹਾਈ ਸ਼ਬੀ ਮਜ਼ਰ ਰਾਂਝਾ ਸਾਹਿਬਾ ਸਾਡੇ ਕੋਲ ਡਿੰਗਾ ਨਾਂ ਦੀ ਜਗ੍ਹਾ ਹੈ ਆਪਣਾ ਮੰਡੀ ਬਾਉਦੀਨ ਦੇ ਨਜ਼ਦੀਕ ਹੈ ਅੱਛਾ ਉੱਥੋਂ ਉਚੇਚੇ ਸਾਡੇ ਕੋਲ ਜਨਾਬ ਬਹਿਸੀਏ ਤੇ ਪੁਰਾਣੀ ਔਰ ਸ਼ਾਇਰ ਮਾਸ਼ਾਅੱਲਾ ਬੜੇ ਅੱਛੇ ਬਹੁਤ ਅੱਛੇ ਉਹ ਆਏ ਹਨ ਅੱਛਾ ਵਤ ਅਲੀ ਅਹਿਮਦ ਗੁਜਰਾਤੀ ਸਾਹਿਬ ਦਾ ਅੱਛਾ ਇਕੱਠ ਆਈ ਉਹਨੇ ਅੱਛੇ ਉਹਦੇ ਮਾਂ ਬੋਲੀ ਤੇ ਹਨ ਫਿਰ ਜਨਾਬ ਅਗਰ ਲਾਹੌਰ ਲਗੇ ਜਾਵੀਏ ਤਾਂ ਇਲਿਆਸ ਅਹਿਮਦ ਰਜ਼ਾ ਪੰਜਾਬੀ ਪੰਜਾਬੀ ਇਲਿਆਸ ਘੁੰਮਣ ਇਲਿਆਸ ਘੁੰਮਣ ਹੋ ਗਏ ਇਹ ਸਾਹਿਬ ਹੋਰਾਂ ਉਹਨਾਂ ਬੜੀ ਅੱਛੇ ਇਕੱਠ ਕੀਤੇ ਨੇ ਅੱਛਾ ਜਿਹੜਾ ਇਕੱਠ ਦੇ ਵਿੱਚ ਮੈਨੂੰ ਮੇਰੇ ਭਾਗ ਕਿ ਮੈਂ ਜਨਾਬ ਉੱਥੇ ਇਹ ਦਾਵਤ ਦਿੱਤੀ ਗਈ ਹੈ ਅਤੇ ਜਿਹੜਾ ਇਸਲਾਮਾਬਾਦ ਹੋਇਆ ਨਾ ਅਕਾਦਮੀ ਅਦਬੀਆਤ ਪਾਕਿਸਤਾਨ ਦੇ ਵਿੱਚ ਸਾਡੀ ਪੰਜਾਬੀ ਅਦਬੀ ਤਨਜ਼ੀਮ ਬਹੁਤ ਬੜੀ ਰਜਿਸਟਰਡ ਅਦਬੀ ਪ੍ਰਚਾਰ ਪੰਜਾਬੀ ਅਦਬੀ ਪ੍ਰਚਾਰ ਰਜਿਸਟਰਡ ਇਸਲਾਮਾਬਾਦ ਉਹਨਾਂ ਦਾ ਇਕੱਠ ਜਿਨ੍ਹਾਂ ਦੇ ਆਗੂ ਮੋਰੀ ਹਨ ਜਨਾਬ ਜਾਫਰ ਅੰਜਮ ਜਟਿਆਣਾ ਸਾਹਿਬ ਹਨ ਜਨਾਬ ਮਹਿਮੂਦ ਅਮਜਦ ਹਰਲ ਸਾਹਿਬ ਇਹਨਾਂ ਦੇ ਬ੍ਰਦਰਸ ਯਾਨੀ ਉਹ ਕੰਪਨੀ ਕਿਹੜੀ ਜੀ ਹਰਲ ਬ੍ਰਦਰਸ ਉਹ ਸਾਰੀ ਕੰਪਨੀ ਨਾਲ ਆਏ ਜੀ ਅੱਛਾ ਉਸ ਤੋਂ ਬਾਅਦ ਖਾਸ ਕਰ ਅਕਾਦਮੀ ਅਦਬੀਆਤ ਪਾਕਿਸਤਾਨ ਦੇ ਜਿਹੜੇ ਮਲਿਕ ਮੇਹਰ ਅਲੀ ਸਾਹਿਬ ਹਨ ਉਹਨਾਂ ਦੇ ਨਾਲ ਹੋਰ ਮੁਖਤਲਿਫ ਐਸੇ ਔਰ ਬੜੇ ਅੱਛੇ ਉੱਥੇ ਅਦੀਬ ਸੱਦੇ ਹਨ ਲਿਖਾਰੀ ਸੱਦੇ ਹਨ ਜਿਨ੍ਹਾਂ ਮਲਿਕ ਮੁਹੰਮਦ ਖਾਨ ਨਾਸਿਰ ਸਾਹਿਬ ਵਰਗੇ ਅੰਬਰ ਬੁਖਾਰੀ ਸਾਹਿਬ ਵਰਗੇ ਜਨਾਬ ਯਾਰ ਅੰਬਰ ਬੁਖਾਰੀ ਦੀ ਕੀ ਬਾਤ ਹਾਂ ਲੇਕਿਨ ਉਹ ਮੇਰੀ ਬਦਕਿਸਮਤੀ ਕਿ ਉਹਨਾਂ ਨੂੰ ਕੋਈ ਮੇਰੇ ਖਿਆਲ ਮਸਾਇਲ ਹਨ ਅਤੇ ਉਹ ਪਹੁੰਚ ਨਹੀਂ ਸਕੇ ਅੱਛਾ ਕੋਈ ਤਬੀਅਤ ਵੀ ਖਰਾਬ ਅਤੇ ਅੱਛਾ ਉੱਥੇ ਜਨਾਬ ਹੋਰ ਸਾਡਾ ਜਿਹੜਾ ਜੰਗੋਚੀ ਜ਼ਬਾਨ ਦਾ ਜਿਹੜਾ ਬਹੁਤ ਵੱਡਾ ਲਿਖਾਰੀ ਇਲਤਾਫ ਬਰਵਾਣਾ ਉਹ ਜਨਾਬ ਮੌਜੂਦ ਹਨ ਬਿਲਕੁਲ ਅੱਛਾ ਇੱਕ ਸ਼ਖਸ ਹੋਰ ਜਿਹੜਾ ਅੱਛਾ ਬਸ ਉੱਥੇ ਅਦਬੀ ਪ੍ਰਚਾਰ ਦੇ ਵਿੱਚ ਸ਼ਾਹ ਜੀ ਮਾਂ ਬੋਲੀ ਦੇ ਨਾਲ ਨਾਲ ਨਾ ਉਹਨਾਂ ਲਵਾਜ਼ਮਾਤ ਜਿਹੜੇ ਦਿੱਤੇ ਹੋਏ ਹਨ ਉਹਦੇ ਵਿੱਚ ਹਾਏ 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 ਮੈਂ ਕਹਿੰਦਾ ਕਿ
महमूद अमजद हरल साहब ते जाफर अंजम जटियाणा साहब ने कमाल कर दिती है कि ऐतकी अपनी सकाफत जड़ी ना उन्हों बड़ा पुराना इंज समझो कि मैं आखसा के कबर चुकाट के लै के आए जनाब उन्हें सामने चिट्ठिया बदी नहीं सकाफत तो हट के उन्हें जनाब एक रंग पेश कराया है दो बंदे आने और मैं हकीकत बयान करा के शाह जी के इतनी मेरी उम्र हुई बैठी कोई मेरे ख्याल एक बारी जंग दे विच रंग मैं सुने आई ते वत जड़ा बड़ी मुद्दत ते अरसे तो बाद मैं जड़ा ने इस्लामाबाद विच सुने रावलपिंडी अच्छा दे विच खासियत केड़ी आई शाह जी मैं तुहानू दसां जी लिख देखो जेड़े दो ढोले पेश करन वाले हैं ना वो तो हैं पुराने माला आई एक ते एक असलम आई ते बुड्ढे बुजुर्ग ढोला जेड़ा पेश किया ना महमूद अमजद हरल साहब आप हाय 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 मैं तो तुसी मेरे ख्याल जो दे मुंह च सुने ही नहीं नहीं मैं कई बार सुने मैं आप अकादमी जानदा रहे ने तिवारी दीवारी सुनी ते यार रस कमाल उदी आवाज बहुत खूबसूरत अच्छा उन्ना दी बड़ा बारीकी नाल लहज पी के ले आविया ना कन्ना नु तो उन्ना दा समझ आंदी है यो माले दी ते दुए दी इस बंदे दा ए वे जनाबी दा ढोला कोई भी उत्तो नहीं लग गया समझ रही समझ रही और आवाज भी इतनी सुरीली और खूबसूरत और वो अच्छा ए एक रंग आई हाँ। वत जनाब कहानी दरबार आई वो इन दी तरफों आई अकादमी अदबियात वाले तरफों दे विच तां मेरी बदकिस्मती कि मैं थोड़ा लेट हो गया मैं नहीं पहुंच सकया अच्छा अच्छा शहरी दे मामलात दे विच जनाब उत्थे तकरीबन मैं आखसा के जड़ियां शौराए कराम मतलब जड़ियां साडियां धरती दियां जड़ियां शहरां दियां बहणा ओ और जड़े उन्होंने तकरीबन बराबर बराबर दी उन्होंने दिती जाए नुमाइंदगी दिती जाए तो काफ़ी असी आख सकते हैं कि जड़ियाँ शायरात आन वह बहुत ज्यादा आन उत्थे पांच छे ऐसिया नामवर शायरान शायरात आन जड़ियाँ जिन्ना पेश कीता है कलाम अच्छा असी भी आसे उहदे विच उत्थे जनाब ज्यादा जड़ा लै गया है ना अच्छा जिन्ना पढ़िया तो एक बंदा ही उत्थे मज़र मोहसिन नाँ का बंदा ही सिंध वाली साइड जनाब उत्थे मेरे ख्याल है कि महफिल लुट ली डॉक्टर ने मज़र साहब जनाब और अच्छा वड्डी चीज है जनाब कि उन्हें माशाल्लाह सुन्नत ए रसूल बड़ी खूबसूरत ओदी जिसामत और खूबसूरत उन्हें दी और ओ बात और ने क्योंकि डॉक्टर मजर मोशन ने नहीं नहीं ओ नहीं उन्हें दा नाम मैं भी विसर गया और ना अच्छा उन्हें बड़ी खूबसूरत बोलियां जड़ियां ना जनाब गा के पेश कीतीयां तरन्नम दे नाल ते महफिल उन्हें लुट ले बोलियां गा के सुनाईयां ने मेरे ज़हन च बंदे दा नाम दूजी तंजीम जिहड़ी उसने बड़ा भरमा विखाला कीता उहदा नां जे सेवक सांझ बस उहना तों मैं थोड़ा लेट हो गया हां तुसीं लेट हो गए उहदे आगू हन जनाब चिराग माणा साहब उस तों बाद शफकत भट्टी साहब उहना और असा भी कोशिश की चंगा वक्त गुजर जाए बाकी सारे कोशिश की प्रोफेसर फैसल जप्पा साहब उन्होंने भी बड़ी जबरदस्त अपनी रेतल दियाँ चीज़ा और खासकर जोड़ा जामिया कॉलेज है ना अपना जनियोट वाला उस दड़े उन्हें आख्या जतक अपने स्टूडेंटा कपूतर पगं बन के आना ही ने अज यूनिफार्म की कत्तण की कोई लड़ नहीं तुम बा के चोले पा के आने ने लगता मत बन के आने अच्छा मैं कमाल वेखो बंदे महमूद अमजद हरल साहब दे मैं वेखे जनाब पूरे उन्हां दे विराह वेखे उन्हां दे जेड़े बच्चे हैं महमूद अमजद हरल साहब उन्हां भी लख दियां उन्हां ही उन्हां जनाब लाचे बद्दे ते खुले त्रीजां ले चोले पाए है जनाब पंजाबी दिस्ती पे उत्ते सोहणियां वास्कटां पाई हुई हां जी ते सही पंजाबी और वत महमूद अमजद हरल जेड़ा लगदा वदा हकीकत है कि ओ जनाब ओ पता ही ना ही लगदा कि ए जणा ऑफिसर है पुलिस दा पुलिस दा पुलिस दा ते मैं जनाब एक तो मुबारकबाद पेश कर सा उन्होंने के कामयाब प्रोग्राम ते ते दूसरा मैं ए वजह जेड़े पंजाबी पुत्र हैं ना उन्होंने उठ के सलाम करन ते दिल कर दे कि जिन्ना जनाब अपनी माँ बोली नू इतना एक जिंदा रखे होया ते बारक बाकी है कि सारे नू तुहानू भी मैं मुबारकबाद पेश कर सा सगोदे दे विच बहुत अच्छा तो समी जनाब कीता यार ते सगोदे च राज जी मैं गल करनी है जी जी कल अदन फलाने नू जम्मन त्याड़ मुबारक होवे जी जी क्योंकि अगर साडा कल प्रोग्राम हुंदा ते बात सा कल गल करनी आई असी सरगोदे नू जम्मन त्याड़ मुबारक आखां के क्योंकि 22 फरवरी नू 1903 नू सरगोदे दी नींह रखी गई है अच्छा
1923 और 22 फरवरी तो 1940 बाकायदा डिजाइनिंग करके ते एक शहर का जनाब ना मतलब एक इनू दे दिता गया दर्जा और कल साढ़े तकरीबन पंजी चौका भी मेरे को जरा पंफलेट आया वो भी शख्सियत इसमें शरीफ हैं और उन्होंने फोटो भी लगी हुई तो उन्होंने अवार्ड दिते गए ने जिस कलाकार आबिद कमल है डॉक्टर आसफ राज भी हैं मजलस मियाँ मुहम्मद के सदर और अगली गल है कि जोड़ा सदर से जोड़ा व्डा है ना इस पूरी कायनात का जे ओदा होका मिस हो जाए ना तो गल कोई नहीं तो मेरा मकसद ये मतलब है कि सरगोदा तो आल दुआल इलाकों में सोते की बांग का वेला हो गया मेरा मकसद बाकी इलाकों के बसनीक अपने अपने वक्त के तहत इशा की नमाज अदा करो हाजिरा प्रोग्राम तुम सुनते पे हो लोक रैतल और तुहाडे नाल इन मोमिन शाह ते इजाज राज अल्लाह पाक सारे मुसलमानों नूं पांच नमाजा पढ़न की तौफीक अता फरमाए और इस्लाम का बोलबाला होवे। तो शाह जी एक गल आउंदी पई आई मां बोली दे हवाले नाल ते मैं नाल नाल जनाब दसी वन्या जिहड़े साडे नाल सोशल मीडिया राही जुड़े हैं बहुत सारे दोस्त ऐसे जिन्हां दे चले गए हैं साडे कोल कमेंट्स अगर वो दोबारा जुड़न की कोशिश करें तो उन्होंने गुजारिश है कि काइंडली एक बार वध हाजरी लवा दो ताकि असी तुहाडा दस सकीए। राजी मेरे कोई सामने आ गए ने तो मैं तुहानू दस देवां मैं शायद तुहाडे कोल ना अपड़े होने सब तो पहले आपदा नजर ने जी जी मेरे कोल पहुंचे हैं सर जी आपदा नजर साहब साडी पंजाबी धी अल्लाह पाक इहनू सलामत रखे और अल्लाह पाक जिवें ये कोशिश करते पैन एक दिन वो भी आसी कि अल्लाह खैर की तो मेरे ख्याल के मुताबिक अगला सरगोदा डे तो हो सकता है कि अल्लाह पाक करे तो ये भी अवार्ड दे हकदार ठहरन मेरे ख्याल ही तजे भी हकदार हैं। बहरहाल चलो आपका नज़र साहबा जनाब दुआ दे रहे जीते रहो जी बच्चे मियाँ जी हैं जनाब कोई अगर ना लिखें तो अब्दुल रहमान साहब हैं जनाब मियाँ जी बहुत मेहरबानी अब्दुल रहमान साहब तुसी सलामत रहो। आमिर सुल्तान साहब ने स्कॉलर इन साबिक एम फिल उर्दू जामिया सरगोदा दे अशरफ साहब हैं मोहम्मद अशरफ साहब है जनाब बदेस तो यानी कि परदेस तो साडा प्रोग्राम सुनते पैन कलबन सऊदिया तो बहुत मेहरबानी। उस तो बाद मोहम्मद अहमद अंसारी साहब हैं जी मेरे नाल कासिम सियालवी और हुमा मुख्तार टांगू वाली से शाह जी बहुत प्यारी गुफ्तगु पंजाब दे रंग ते प्रोग्राम वेख्या जा रहा और खुरम शहजाद अजम रांझा कल लै लिए जी और जेडे दोस्त रह गए अगर कोशिश करन ते दोबारा हाजिरी लवान जी। अस्सलाम वालेकुम जी बिस्मिल्ला जी वीर जी कित्थों साडे गल कर रहे हैं जी जी बस जिथे हजूर तुसी पता नहीं किथे बैठे रहे हो बाते कि तुहानू इस गल्ले दा पता है जिहड़ा एहतजाज रिकॉर्ड कराउण तों बाद सामने जिहड़ा दफ्तर आ उहदे विच असां जिहड़ा है प्रोग्राम सारा तो उत्थे कीता तुहानू बूहे शूहे खुले आण इश्तिहार पुट लगे आण बाद पता नहीं तुहानू असीं क्यों नहीं सिद्धे से हजूर तुहानू इह दस्सिआ ना कि जिथे पिछली वारी बैक मुशायरा सुणिआ होइआ आ जावे अगले साल अल्लाह पाक तुहाडी भी जिंदगी करे आमीन। जी अस्सलाम वालेकुम जी बिस्मिल्ला मेरी बहन परवीन भुट्टा साहिबा जी आया नु प्रोग्राम लोक रैतल विच मामे चाचे पुपिया मासिया जेडे सदे हुए होंगे पुराने दाखना पाई खाओ कुड़ी पैसे देन दे मतलब मेरम मेरम लोग जेडे मेरम जी ਖਾਲੀ ਸਦੀ ਹੁੰਦੀ ਹੈ
बिलकुल इंज गल जी मेरी बहन लैन ते हो अच्छा जेड़ा मामे चाचे या जेड़ा अपने वेड़े च मिलदे होंदे हन ओ होंदियां सलामियां ते जेड़े वाते मुंह विखाली होंदी आई ए उत्थे अपने सावरे बूए ते वांझ के ते अवार्ड गवार्ड दियां औरतां सारियां ते उत्थों दे बिलकुल जी ए मुंह विखाली उत्थे दित्ती वेंदी आई बिलकुल सारे घर दी मुंह विखाली होंदी आई ओहदे विच देवर होंदे हन ओहदे विच अपना टब्बर होंदा आई ते ओह नड्डे ते जेड़े करीबी करीबी रिश्तेदार महरम होंदे आ सारा खोल के रख दिता है ना जी बड़ी मेहरबानी अल्लाह पाक तुहानूं सलामत रखे मेरी बहन परवीन बुट्टा साहिबा तुसीं अपनी रहतन नाल इंजे अल्लाह पाक तुहानूं जुड़न की तौफीक अता फरमावे बहुत मेहरबानी जी राजू ये तो पैन परवीन भुट्टा और तो मेरा ख्याल है पूरी दी पूरी मेरा ख्याल है ओके और ना तनो हां मुंह खाली दे छड़ी के अच्छा हां जी तो मैं पूरे दा पूरा उना जनाब दस देता कॉल एक और आ गई जी अस्सलाम वालेकुम जी अस्सलाम वालेकुम जी वालेकुम अस्सलाम व रहमतुल्लाह बरकातहू जादराज साहब बाजवा बोल की हाल जी माशाल्लाह बाजवा साहब जी आया नु ते कल ते तुहाडियां बड़ियां आसा जनाब थोड़ा वेखिया ने माशाल्लाह पगा लाई हुई बाजवा साहब ने एक ही बड़ा उचे मालिक सलामत रखे अल्लाह करीम सलामत रखे तो बिलकुल बजा फरमाया तुसी सर मेरा मेरा ख्याल इशारा तुहाडा मैं समझ गया बाजवा साहब लेकिन यह कि मैं छुट्टी लई सी मैं गया सा 21 फरवरी दा प्रोग्राम सी अदबी प्रचार वाले दा ते ओ भी साडा दोहां दी दावत सी ते फिर दोहां दे नाल ओ मतलब साडा आपस दे विच इत्तफाक नाल मैनू भेजिया गया जनाब कि तुसी उधर हाजरी लवानी है ते मैं इत्थे शाह साहब ते मेरी जन जनाब मैं सब तो पहले गल की आई के इजाज़ राज हुरी ਸਾਡੇ ਸਰਗੋਧੇ ਦੀ ਨੁਮਾਇੰਦਗੀ ਵਾਸਤੇ ਇਸਲਾਮਾਬਾਦ ਜੀ ਅਸਲਾਮ ਅਲੈਕੁਮ ਨਾ ਇੱਕ ਵਾਰੀ ਵੱਧ ਦੱਸੋ ਜੀ ਹੈਲੋ ਜੀ ਇੱਕ ਵਾਰੀ ਹਜ਼ੂਰ ਆਪਣਾ ਨਾਂ ਵੱਧ ਦੱਸੇ ਸੋ ਜੀ ਬਿਸਮਿਲ੍ਲਾ ਸੈਫੁੱਲਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਤਲ ਜੀ ਜਵਾਬ
जरूर हो गया तो सही। एक मूह विखाली और भी होती है उसके बारे च भी तुम पता हो सजना। एक मूह विखाली और भी होती है उसके बारे च भी कोई दस पूछ सकता है को? चलो जी बात प्रोग्राम दे नाल जुड़े रहो। मैं तो लिखा है दुई नू मु विखाली दे भी असी दसी जी ना मोमिन शाह दसे सी उम्मीद बहुत मेहरबानी। ते शाह जी इन्ना कीती है अपनी रहतल दी गल इन्ना होर भी कीती है कि जदा बच्चियां पर नी के आंदियां ना तो मु विखाली तो हुण खुल गई ना जा ओ तो खुल। उन्ना दे कुछ सावरियां दे होर भी हुंदे न रिवाज रस्मां हैं। हां रस्मां रिवाज ही हैं ने मोहब्बत दे रिवाज हैं मोहब्बत दीयां रस्मां ने। एक अति ये नहीं है कि चलो ये होंदा है कि उस दौरान बच्ची आई है तो जब बच्ची का एक नवा नवा वेड़े दे विच पैर पाउंदा है ना तो उदी जड़ी तां मतलब उदी इज्जत अफजाई कीती वेंदी है वह मुख्तलिफ सूरतां दे विच वह ला के नुन्ना दे के जिवें कि मूँह विखाली है तो सारे जनाब अजीज़ वकारा बा के बह के ते ओ उनू ना सिर्फ नाल उसकी हौसला अफजाई कर दें पैसे दे नाल बल्कि वह घुंड चा के ते वेख दें ते वत उनू दुआ भी दें दें सिरां ते हाथ बजुर्ग रख दें जेडे हमसम अपने होवें वह भी सिरां ते हाथ रख दें दुआ दें दियां बच्चियां कि अल्लाह पाक तेरा नवा सफर जड़ा इनू सलामत रखे। अल्लाह करीम होने वाले वक्त च आसानियां पैदा करे ते मैं नाल नाले भी आखांगा कि भी इस तो पहले कि अगे यार ना बजा नहीं नहीं हुण जेड़े दो चार ना आए ने दोस्तां दे ओ दस लो। अच्छा ओ शाह जी कोई नहीं आया ना राजी कलियार साहब इन साडे रहतल कड़ाना बार साडी तंजीम है बहुत पंजाबी ते काम कर रही है पिछले दिनां दे विच साई संगत च साडे कोल मेरे कोल चेयरमैन भी आए हैं जनाब ते मेरे कोल 21 तारीख नु भी आए ने जी। अच्छा माशाल्लाह उत्थे भी हाजरी लवा गए माशाल्लाह बहुत जरूरी बनता है जनाब हिस्सा उन्होंने लिया है अपना मां बोली दे विच तो ये सदर हैं रहतल कड़ाना बार दे और बहुत अच्छे लिखारी हैं राज कलियार साहब। मैं पिछले दिन ईसा संगत इन्हों का प्रोग्राम सारा सुने और कलाम गाए बगाए तो सुनते रहने और बड़ा खूबसूरत लिख दें खासकर जी शाह जी अपनी रहतल लिख दें कल एक होर लै ली। अस्सलाम वालेकुम जी। जी वालेकुम अस्सलाम जी। बिस्मिल्लाह मोहम्मद नसरुल्लाह साहब जी आए नु प्रोग्राम लोक रहतल जी। मोहब्बता तुहाडी मेहरबानी जिउंदा वस्तो रहो। तुसां एक बार पता की करो एनक जिहड़ी है इहनू ला के ना ते मोहब्बत वाली एनक पाओ तसब वाली ला के वेखो असां बहम मशावरत दे नाल दोवां जाणा आई लेकिन असा सलाह की एक बंदा इस्लामाबाद जा कम कर रहा भी एक इतने कर ले तो थोड़ा जहा ना मुहब्बत वाली ऐनक पा के वेखो इजाज राज आप पग बना के गलिया है ताकि पता लगे कि सरगोदे वाले आप करते हैं जी। मेहरबानी बड़ी मेहरबानी जी अल्लाह पाक खुश रखे। ज़मीरुल हसन साहब इन शाह जी कोई अंग्रेजी दे विच मैडम नूर जहां का गाना सुनाओ भले लोगों मुद्दत हो गई है प्रोग्राम सुन दिया साड़ा प्रोग्राम की जिहड़ी खूबसूरती है ना सुने पे ना तो ये कोई ब्रेक ही ने ते ना ये कोई म्यूजिक है असा गल्ला करनिया उहदे नाल अपनी धरती दियां लोड़ां थोड़ां दियां किसे दी मंजी दा पावा त्रुट्टा पिया किसे दा सेरू कोई नहीं किसे दी ही कोई नहीं किसे दी दौण घत्तण वाली है किसे दी हल वंजाती पई है किसे दा नेत्रा कोई नहीं असा अइयो जियां गल्लां करेंदे इसे ते बाद कदी कदी मैं ते राज रल के ना मुंजी विचू नदीन कढ़न टुर वैने आ ते कदी हो सकदा को खाद घत्तण लग पवीए कदी तमाकू गोडण लग पवीए इत्थे गाउणे शाउणे वाला काम कोई नहीं होर प्रोग्राम बड़े हुंदे ने। चलो जी जी साडा एक पंजाबी पुत्तर जिहड़ा परदेस च एक वारी बह के अज साडा वत प्रोग्राम जिहड़ा काफी दिनां दे बाद साडे नाल जुड़िया है तां खुरम शहजाद अजम रांझा साहब इन्हां के मां बोली दियार दे सारे प्रोग्राम चंगे हो गए ने जनाब माशाल्लाह बतेरे प्रोग्राम नैट ते वेखे ने तो यदा मतलब है कि जनाब उत्थों बह के भी ये पाकिस्तान दे जुड़े विच अपने जुड़े हुए हैं प्रोग्रामा दे विच। चौधरी इल्ताफ हुसैन आजिज साहब हैं जी चौधरी इल्ताफ हुसैन आजिज आफ खिउड़ा भिंबर आज़ाद कश्मीर। अस्सलाम वालेकुम जी खुश आमदीद प्रोग्राम बहुत अच्छा है अज जुम्मत उल मुबारक दा दिन है ते सदके अल्लाह पाक दे दुआ है कि मकबूजा कश्मीर और फलस्तीन दे मुसलमानां दे भैन भाइयों नूं मुसलमाना ते भैन भाइयों नूं आजादी जई नेमत तो अल्लाह पाक माला माल करे ते तुहाडी दुआ दे विच असीं भी शामिल हां जनाब अल्लाह पाक तुहाडी भी करीब हो के सुने ते सारे इन्हां मुसलमाना दी जिहड़े उत्थे जी काल आई काल जी। अस्सलाम वालेकुम जी। अस्सलाम वालेकुम अजी टेलीफोन अस्सलाम वालेकुम शाह जी
जी बिस्मिल्लाह वालेकुम अस्सलाम कादरी साहब। जी बिस्मिल्लाह शाह जी, बिल्कुल ठीक, खैर खरीयत? अल्हम्दुलिल्लाह करीम मालिक दे एहसान, शुक्र उसदा ते किबरे जात। जी वालेकुम अस्सलाम कादरी साहब। वीर जी जी आया नु प्रोग्राम लोक रत ले। माशाल्लाह बढ़िया सोनिया, बढ़िया प्यारियां, बढ़िया मोहब्बत वाली गल्ला करते बैठे हो। माशाल्लाह बड़ा प्यारा प्रोग्राम होता पे है। बाकी मूड काफी की गल हो रही है। जी 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 सुनते पे आवाज आ रही सर। मूह विखाली केड़ी केड़ी होंगी। मैं तुम शेर भी सुनी उस जी है ना मूह विखाली ओ भी सुनी सा तुम। मालिक सारी संगत नु सलामत रखे, मालिक तुहानु सलामत रखे। राजी रन दी कसर अगे परवीन भुट्टा होरां गल कीती, रन दी किताब दे सारे कागज जेड़े ने कादरी साहब खोल गए। तो मेरा ख्याल है मैं भी ना जेड़ी ज़हन तो गल सुन के तुहानु गल सुना लें। जी अस्सलाम वालेकुम। जी बिस्मिल्लाह। जी जी बिस्मिल्लाह जनाब जी आया नू। जी मलिक साहब आवाज आ रही थोड़ी सर। जी जी बहुत शुक्रिया। जी 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 अल्लाह करीम उसनु अकल मत देवे, क्योंकि मावां जड़ियां ने ना एडा जी अल्लाह करीम तुहानू सलामत रखे। अल्लाह करीम तुहानू सलामत रखे जी। जीते बसते रहो। राजी गल क्योंकि टाइम भी थोड़ा रह गया, मैं बिल्कुल दे नाम ही लेने जे जनाब मैं गल कर लवां कि विखाली दी गल जेड़ी ओ तुसी खोलनी शाह जी। मैं उस दे उत्ते राज तो पर्दा चाण दी कोशिश कर रहा कि पहली सब तो विखाली जिसले कायनात च बच्ची बच्चा हुंदा है पैदाइश हुंदी बजा बजा उस दे वेले आख्या वेंदा नहीं छोर दे जातक दा मुंह ते विखायो नहीं। वत जिस वेले बनरी दे रूप च दुल्हन दे रूप च या घोट दे रूप च आउंदा है उस वेले मुंह वेख्या जांदा। बिल्कुल त्रीजी वार हुंदी है छेकड़ी वार आख्या वेंदा है एक वारी मुंह ते वेख लैण दे ओ वत किहड़ा सा वेख सकणा। जिसले जनाजा हुंदा है ना जनाजा हुंदा है ते उस वेले मुंह विखाया वेंदा और हर बंदे दी कोशिश हुंदी ते वत हर बंदे दे मुंह दे विच इक लफ्ज़ हुंदा है। अल्लाह करीम दा अग्गा सौखा करे ते वेखो किहड़ा नूर है हैं हर बंदे दे मुंह दे चेते के केड़ा नूर है ते नाल वत दुआ पढ़दियां जाना ते उहदे बारे च इक शेर मैं तुहानूं सुणाई ते वत शेर दा मतलब विख्या है कि सौदाई दे वेख जनाजे नूं जिहनूं जंज दी भीड़ तों राह कोई ना। दो जंजां ने इक चढ़दे लोकों चढ़ी है ते इक लांदे लोकों चौक ते इकट्ठियां हो गईआं ने। मैयत वाले दिन असां पैलो बहिणा ते डोली वाले दिन असां पैलो बहिणा। ਉਹ ਕਿਸੇ ਵੇਖਿਆ ਨਾ ਕਿ ਆਦਨੇ ਕਿ ਸੌਦਾਈ ਦੇ ਵੇਖ ਜਨਾਜ਼ੇ ਨੂੰ ਜਿਹਨੂੰ ਜੰਝ ਦੀ ਭੀੜ ਤੂੰ ਰਾਹ ਕੋਈ ਨਾ।
किसे दस्या आबिद बनरी नूं इहदा दिल भर ऐल वफा कोई ना। किसे दस्या आबिद बनरी नूं इहदा दिल भर ऐल वफा कोई ना। ते डोली अपनी जदाई मंजल ते खुशियां दा मेल बजा कोई ना। खुशियां दा मेल बजा कोई ना। मौजूद आई दुल्हन मामल विच फर्क कितना है बोते छा। हाय 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 वाह 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 वाह। सरगोथे लाइन डेरा रात भी निपती है वही अखी पट्टो आसा ही मेरा। लेकिन वो जिसले अखी मिटी थी अन्नवाद तो अगले जहान बांज के खुलड़िया ने ते अल्लाह करे कि एवो जिया मंजर आवे ते हर अख बल्कि एक कारां ते एक मोढ़ियां ते लजपाली दी हद मुक गई ते एक जंज च गूंज आई हसियां दी दुई कब्रिस्तान ना दुई हंजुआ दे विच लुक गई एक जंज शहजाद रे जशन मनेंदी दुई कब्रिस्तान विच ढुक गई। और मैं हुण मैं ना तो नहीं इस बंदे दा लैण देना मैं आप लैणा इस बंदे दा। मेरी धरती दा बड़ा वड्डा ना मेरा बेली भी है लेकिन मैंने इस ते उलामा ते मेणा के सनिया भी गया लेकिन आया नहीं। मैं गल कर रहा आशिक राय दी। अच्छा आशिक राय साहब मेरी तरफों तुसी अपने ज़ेहन च उलामा लिख लियो कि तुसी 21 फरवरी ते मेरे कोल माण दे जज्बे ते लगदियां नाल मेहणे उलामे पता कितन दे हमेशा अपने नाल आउंदे ने। पर आए नूं मैं क्यों नहीं किसे नूं आख्या यार भाई तू फलाना बंदा क्यों नहीं आया। मैं क्यों मेरे अपने ने ना असी अदबी टब्बर दे इहदे विच मेरे ख्याल दे मुताबिक फैमिली बैकग्राउंड दा कोई तलक नहीं। जे कोई चीमा है कोई चट्ठा है कोई सैयद है कोई कौन भी है ना जिस वेले तुसी अदबी प्लेटफार्म ते आउंदे तुसी इक टब्बर बन वेंदे। बिल्कुल राय साहब असी इक टब्बर दे मेंबर हां। राय साहब बस में हयात ए अदब दे सदर हैं और बस में हयात ए अदब बहुत काम कर रही पंजाबी वास्ते और बहुत वड्डी बज़म है जड़ी के दूर दूर तक बज़म तमीमी दी तरह फैली हुई है माशाल्लाह। ते राजे ना क्योंकि ना टाइम थोड़ा रह गया जो लगते साढ़े होंगे ना वो उड़ीकते रहे ने पिछली वारी भी त्रवे दिहाड़े असी बंदे सजना दे ना नहीं से लै सके बाबे नजीर और मुतार लै के तोड़ा आवे ना उन्हें फोन किया है अज जनाब ना उन्होंने जड़े नो असी पेश करन लगे हैं इंशाल्लाह ताला। ते दोस्त जड़े नो अगर किसी का ना रह वंजे या कोई लेट हो वंजे या कोई तो यकीनन सन जड़ा है माफ़ी दे दी करो तुसी साढ़े दिलों च वसद हो और जड़ा दिल च वसद होवे ना वो बात दिल बंद होवे तो निकल सकता है वैसे दिलों च नहीं निकल सकता इस जान दे बस नहीं। अल्लाह पाक बस दुआ की करो कि साढ़े दिल जड़े ना वो चलते रहे जिन्हें बच्चे तुम मौजूद हो। जनाब चौधरी मुख्तार बाजवा साहब हैं जवेद जवेद अहमद बाजवा साहब 106 शुमाली तो और मोहम्मद आरिफ इन्होंने वालिद मोहम्मद इकबाल 108 शुमाली तो बशीर बकरियाला 106 शुमाली तो मोहम्मद अमीर 101 शुमाली तो सुल्तान अहमद 107 शुमाली तो निसार अहमद ते राजा मोहम्मद अख्तर ए जनाब डेरा बाजव्या 106 शुमाली तो ये दोवें हस्तियां जनाब साडा प्रोग्राम सुन रही हैं। अमजद अंसारी साहब इन 106 शुमाली तो राणा बशीर ते राणा मुहम्मद उसामा ये उसामा साहब टीचर हैं जनाब और साडा प्रोग्राम बड़ा शौक दा है। दोवें प्यो पुत्र सुनदे कोट फरीद तो तारिक महमूद साहब 121 जनूबी तो मोहम्मद कमर सियाल साहब और उन्होंने वालिद साहब 106 शुमाली तो मोहम्मद सजावल ते मोहम्मद तारिक 106 शुमाली तो मोहम्मद जैन बाजवा ते वहीद अहमद बाजवा 106 शुमाली तो अनवर अली चीमा जनाब रहमानपुरा तो और इन्होंने नाल हाफिज असद बाजवा 106 शुमाली तो तारिक महमूद साहब इन हसन पार्क तो ये रेडियो मकैनिक और टेप रिकॉर्डर मकैनिक हैं जनाब ये साडा बड़ा शौक दा प्रोग्राम रेडियो ते सुनदे हैं और शाह जी वड्डे रेडियो ते जनाब सिपतैन भट्टी साहब मलक नासिर साहब और हसन वाजिद साहब इन्हां दे नाल जनाब अमार मुगल साहब महकमा सेहत दे अफीसर ने सारे
ਜ਼ਿਲ੍ਹਾ ਸਰਗੋਧਾ ਤੋਂ DHQ ਤੋਂ ਸਾਡਾ ਇਹ ਪ੍ਰੋਗਰਾਮ ਸੁਣਦੇ ਆਉਂਦੇ ਨੇ, ਬੜਾ ਸ਼ੌਕ ਦਾ ਸੁਣਦੇ ਨੇ ਜੀ। ਇਬਰਾਰ ਅਹਿਮਦ ਕਲਿਆਰ 85 ਜਨੂਬੀ ਤੋਂ, ਇਹਨਾਂ ਦੇ ਨਾਲ ਮੁਮਤਾਜ਼ ਅਹਿਮਦ ਕਲਿਆਰ, ਅਮੀਨ ਕਲਿਆਰ, ਸ਼ਬਾਜ਼ ਕਲਿਆਰ, ਅਨਵਾਰ ਕਲਿਆਰ, ਵਕਾਰ ਕਲਿਆਰ, ਸੁਹੇਲ ਕਲਿਆਰ, ਇਮਤਿਆਜ਼ ਕਲਿਆਰ ਔਰ ਮੁਸ਼ਤਬਾ ਇਰਫਾਨ ਕਲਿਆਰ, ਇਹ ਸਾਰੀ ਕਲਿਆਰ ਬਰਾਦਰੀ ਜਿਹੜੀ ਹੈ ਸਾਡਾ ਬਹਿ ਕੇ ਪ੍ਰੋਗਰਾਮ ਜਨਾਬ ਸੁਣਦੀ ਇਹਨਾਂ ਦੀ ਹੁੰਦੀ ਹੈ। ਮੁਹੱਬਤ ਹੈ ਜੀ। GM ਹਮਾਇਓ ਵੱਟੂ ਸਾਹਿਬ ਅਫੀਸਰ ਕਲੋਨੀ ਤੋਂ, ਇਹਨਾਂ ਦੇ ਦਾਦੂ ਮੁਹੰਮਦ ਅਹਿਮਦ ਵੱਟੂ ਸਾਹਿਬ, ਇਹਨਾਂ ਦੇ ਨਾਲ ਹੀ ਜਨਾਬ ਆਮਿਰ ਸਈਦ ਸਾਹਿਬ ਅਫੀਸਰ ਕਲੋਨੀ ਤੋਂ, ਉਮਰ ਵੱਟੂ ਸਾਹਿਬ, ਅਰਸ਼ਦ ਅਹਿਮਦ ਵੱਟੂ ਸਾਹਿਬ ਔਰ ਉਮਰ ਵੱਟੂ ਸਾਹਿਬ ਦੇ ਸਾਹਿਬਜ਼ਾਦੇ ਮੁਹੰਮਦ ਫਰਦਾਨ ਬਿਨ ਉਮਰ ਵੱਟੂ ਸਾਹਿਬ, ਇਹ ਸਾਡਾ ਪ੍ਰੋਗਰਾਮ ਸੁਣਦੇ ਨੇ ਅਫੀਸਰ ਕਲੋਨੀ ਤੋਂ। ਇਹਨਾਂ ਦੇ ਨਾਲ ਮੁਹੰਮਦ ਵਾਰਿਸ ਸਾਹਿਬ ਮਿੱਠਾ ਲੱਕ ਤੋਂ ਸਾਡਾ ਪ੍ਰੋਗਰਾਮ ਬੜਾ ਸ਼ੌਕ ਦਾ ਸੁਣਦੇ ਆਉਂਦੇ ਨੇ। ਅਬਾਸ ਮਲਕ, ਜ਼ੈਨ ਮਲਕ ਅਤੇ ਚਾਚਾ ਯਾਰਾ ਇਹ ਸੁਲਤਾਨਪੁਰ ਤੋਂ ਸਾਡਾ ਪ੍ਰੋਗਰਾਮ ਸੁਣਦੇ ਆਉਂਦੇ ਨੇ ਜੀ। ਅੱਲਾ ਪਾਕ ਇਹਨਾਂ ਸਾਰਿਆਂ ਨੂੰ ਸਲਾਮਤ ਰੱਖੇ। ਔਰ ਸਾਡੇ ਨਾਲ ਜਨਾਬ ਅੱਗੇ ਜਿਹੜਾ ਸਾਡਾ ਪ੍ਰੋਗਰਾਮ ਸੁਣਦੇ ਹੁੰਦੇ ਨੇ, ਬਸ਼ੀਰ ਤਹਿਰ ਸਾਹਿਬ ਰਿਜ਼ਵਾਨ ਮਾਰਕੀਟ ਤੋਂ, ਅਤਾਉਲਾ ਕੁਰੇਸ਼ੀ ਸਾਹਿਬ ਜ਼ਫਰੁੱਲਾ ਚੌਕ ਤੋਂ, ਪੇਂਟਰ ਗੁਲਾਮ ਅਬਾਸ ਸਗਰਾਲ ਇਜ਼ਾਫੀ ਕਲੋਨਾ ਕਲੋਨੀ ਲੁੜੇਵਾਲਾ ਤੋਂ, ਮਾਸਟਰ ਅਤਾ ਮੁਹੰਮਦ ਲਾਟੀ, ਖੁਰਮ ਅਤਾ ਲਾਟੀ, ਖਾਬਰ ਅਤਾ ਲਾਟੀ, ਮੁਜਾਹਿਦ ਗੋਲਿਆਲਾ, ਅਬੂ ਬਕਰ ਬਲੋਚ, ਜ਼ੁਲਫਕਾਰ ਅਲੀ, ਉਸਮਾਨ ਅਲੀ, ਕਾਸ਼ਾਨ ਫਰਹਾਨ, ਹਨਾਨ, ਇਹ ਸਭ ਬਾਬੂ ਮੁਹੱਲਾ ਤੋਂ। ਬਾਬੂ ਮੁਹੱਲਾ ਤੋਂ ਹੀ ਜਨਾਬ ਮਲਕ ਫਰਖ ਅਮੀਰ, ਮਲਕ ਖੁਰਮ ਅਮੀਰ, ਮਲਕ ਉਮਰ ਅਮੀਰ ਔਰ ਮਲਕ ਫੈਸਲ ਅਮੀਰ, ਬਾਬੂ ਮੱਲਾ ਤੋਂ ਸਾਡਾ ਪ੍ਰੋਗਰਾਮ ਇਹ ਵੀ ਬੜਾ ਸ਼ੌਕ ਦਾ ਸੁਣਦੇ ਵੀ ਹਨ ਔਰ ਵੇਖਦੇ ਵੀ ਹਨ। ਜਵੇਦ ਆਪਣਾ ਬਾਬਾ ਨਜ਼ੀਰ ਸਾਹਿਬ ਅਤੇ ਚੌਧਰੀ ਰਿਜ਼ਵਾਨ ਸਾਹਿਬ, ਇਹਨਾਂ ਦੇ ਨਾਲ ਅਬੂ ਬੱਕਰ ਸਾਹਿਬ ਚੱਕ ਫਰਨੀਚਰ ਵਾਲਾ ਚੱਕ 104 ਜਨੂਬੀ ਤੋਂ, ਇਹ ਸਾਰੀਆਂ ਹਸਤੀਆਂ ਸਾਡਾ ਪ੍ਰੋਗਰਾਮ ਸੁਣਦੀਆਂ। ਜ਼ਫਰ ਇਕਬਾਲ 49 ਟੇਲ ਤੋਂ, ਇਹਨਾਂ ਦੇ ਨਾਲ ਚਾਚਾ ਨਿਸਾਰ 49 ਟੇਲ ਤੋਂ ਸਾਡਾ ਪ੍ਰੋਗਰਾਮ ਸੁਣਦੇ ਆਉਂਦੇ ਹਨ। ਮੁਹੰਮਦ ਨਸਰੁੱਲਾ ਅਤੇ ਮਾਸਟਰ ਅਫਜ਼ਾਲ ਟੇਲਰ ਸਾਹਿਬ ਹਨ ਜਨਾਬ ਸੋਨੀਪੁਰਾ ਤੋਂ, ਅਬਦੁਲ ਮਜੀਦ ਕਾਦਰੀ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਵੀ ਹੋਏ ਹਨ 88 ਜਨੂਬੀ ਤੋਂ, ਅਸਗਰ ਭੱਟ ਸਾਹਿਬ ਮੁਰਾਦ ਕਲੋਨੀ ਤੋਂ ਸਾਡਾ ਪ੍ਰੋਗਰਾਮ ਬੜਾ ਸ਼ੌਕ ਦਾ ਸੁਣਦੇ ਹਨ ਔਰ ਬੜੇ ਖੂਬਸੂਰਤ ਵਿਚਾਰ ਆਉਂਦੇ ਹਨ ਅਸਗਰ ਭੱਟ ਸਾਹਿਬ ਦੇ, ਜਦੋਂ ਵੀ ਉਹ ਫੋਨ ਕਰਦੇ ਹਨ। ਜ਼ਫਰ ਕਿਰੋੜਾਲਾ ਸਾਡਾ ਪ੍ਰੋਗਰਾਮ ਬੜਾ ਸ਼ੌਕ ਦਾ ਸੁਣਦਾ ਹੁੰਦਾ, ਔਰੰਗਜ਼ੇਬ ਗੋਂਦਲ ਅਤੇ ਨਜ਼ੀਰ ਅਹਿਮਦ ਗੋਂਦਲ ਪੁਰਾਣਾ ਬਲਵਾਲ ਤੋਂ, ਬਾਬਾ ਫੌਜੀ ਪੁਰਾਣੇ ਬਲਵਾਲ ਤੋਂ ਜਨਾਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਨ। ਜਵੇਦ ਅਤੇ ਨਸੀਰ ਚਾਕਰੀ ਸ਼ੁਮਾਲੀ ਤੋਂ, ਆਸ਼ਿਕ ਹੁਸੈਨ ਰਾਏ ਸਾਹਿਬ, ਮਲਕ ਪਰਵੇਜ਼ ਅਵਾਨ ਸਾਹਿਬ, ਮਲਕ ਖਾਲਿਕ ਦਾ ਦਵਾਨ ਸਾਹਿਬ, ਮਲਕ ਅਹਮਦ ਸ਼ੇਰ ਅਵਾਨ, ਰਾਏ ਨਿਆਜ਼ ਹਸਨ ਨਿਆਜ਼, ਅਸਦੁੱਲ ਅਸਦ, ਤਸਕੀਨ ਆਕਿਸ਼, ਇਹ ਚੱਕ 29 ਸ਼ੁਮਾਲੀ ਤੋਂ ਸਾਡੇ ਨਾਲ ਆਉਂਦੇ ਨੇ। ਦੋਸਤ ਮੁਹੰਮਦ ਚੀਮਾ ਕਲੋਨੀ ਤੋਂ ਸਾਡੇ ਪ੍ਰੋਗਰਾਮ ਵਿੱਚ ਅੱਜ ਸ਼ਾਮਿਲ ਵੀ ਹਨ, ਸਾਡਾ ਜਵਾਬ ਵੀ ਦਿੱਤਾ ਨੇ ਅੱਜ। ਮੁਹੰਮਦ ਰਮਜ਼ਾਨ ਉਨਾਸੀ ਚੱਕ ਚੀਮਾ ਕਲੋਨੀ ਤੋਂ ਵੀ ਸਾਡੇ ਨਾਲ ਆਉਂਦੇ ਨੇ। ਲਿਆਕਤ ਅਲੀ 51 ਚੱਕ ਭੱਟੀਆਂ ਤੋਂ, ਲਿਆਕਤ ਅਲੀ ਭੱਟੀ ਸਾਹਿਬ ਬੜੇ ਸਾਡੇ ਪਿਆਰੇ ਜਿਹੇ ਲਿਸਨਰ ਹਨ ਜੀ ਔਰ ਬੜਾ ਅੱਗੇ ਤੋਂ ਸ਼ਾਮਿਲ ਹੁੰਦੇ ਨੇ, ਕਾਫੀ ਅਰਸੇ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਨਹੀਂ ਇਹਨਾਂ ਦੀ ਆਈ। ਰੰਗ ਅਲੀ ਮਲੰਗ ਸਾਹਿਬ ਵੱਲਿਆਂ ਤੋਂ, ਰਾਣਾ ਮੁਸ਼ਤਾਕ ਸਾਹਿਬ ਕੋਟ ਫਰੀਦ ਤੋਂ, ਮੁਸਤਫਾ ਸੇਠੀ ਸ਼ੂਜ਼ ਤੋਂ ਜਨਾਬ, ਜ਼ਮੀਰ ਪੜਿਆਰ ਆਪਣੇ ਬੇਟੇ ਔਰ ਬੇਟੀ ਜ਼ੋਇਆ ਔਰ ਅਬਦੁੱਲਾ ਦੇ ਨਾਲ 98 ਜਨੂਬੀ ਤੋਂ ਸਾਡਾ ਪ੍ਰੋਗਰਾਮ ਸੁਣਦੇ ਹੁੰਦੇ ਨੇ। ਮੁਹੰਮਦ ਅਕਰਮ ਬੈਕ ਮੇਕਣ ਤੋਂ, ਚਾਚਾ ਯਾਰਾ ਮੁਹੰਮਦ ਸੁਲਤਾਨ ਇਹ ਸੁਲਤਾਨਪੁਰ ਤੋਂ, ਅਲੀ ਅਕਬਰ 107 ਜਨੂਬੀ ਤੋਂ, ਇਹਨਾਂ ਦੇ ਬੇਟੇ ਇਹਨਾਂ ਦੇ ਨਾਲ ਨੇ ਜਨਾਬ ਇਹਸਾਨੁੱਲਾ ਸਾਹਿਬ ਔਰ ਅਲੀ ਹੈਦਰ ਸਾਹਿਬ 107 ਜਨੂਬੀ ਤੋਂ, ਇਹ ਵੀ ਪ੍ਰੋਗਰਾਮ ਬੜਾ ਸ਼ੌਕ ਦਾ ਸੁਣਦੇ ਨੇ। ਮਲਕ ਫਜ਼ਲ ਇਲਾਈ ਟਵਾਣਾ ਚੱਕਰੀ 93 ਸ਼ੁਮਾਲੀ ਤੋਂ, ਸਾਡਾ ਪੂਰੇ ਟੱਬਰ ਆਪਣੇ ਨਾਲ ਬਹਿ ਕੇ ਸਾਡਾ ਪ੍ਰੋਗਰਾਮ ਸੁਣਦੇ ਆਉਂਦੇ ਨੇ। ਮਲਕ ਅਫਤਾਬ ਅਤੇ ਮਲਕ ਹਸਨੈਨ ਅਫਤਾਬ ਚੱਕ 46 ਸ਼ੁਮਾਲੀ ਤੋਂ ਸਾਡਾ ਪ੍ਰੋਗਰਾਮ ਸੁਣਦੇ ਆਉਂਦੇ ਨੇ। ਜ਼ੁਲਫਕਾਰ ਮੇਕਣ ਅਤੇ ਮੁਰੀਦ ਬੁਖਾਰੀ ਸਾਹਿਬ ਸ਼ਾਹਪੁਰ ਤੋਂ, ਬਾਬਾ ਗੇੜੂ ਸਾਡਾ ਪ੍ਰੋਗਰਾਮ ਜਨਾਬ ਬੜਾ ਸ਼ੌਕ ਦਾ ਸੁਣਦੇ ਨੇ, ਬੜੇ ਖੂਬਸੂਰਤ ਵਿਚਾਰ ਦਿੰਦੇ ਨੇ ਸਾਡੇ ਪ੍ਰੋਗਰਾਮ ਵਿੱਚ ਜਦੋਂ ਵੀ ਸ਼ਾਮਿਲ ਹੋਵੇ ਤਾਂ। ਬਾਬਾ ਗੇੜੂ ਬਹੁਤ ਮਿਹਰਬਾਨੀ, ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਜ਼ਿਲ ਮੁਹੰਮਦ ਅਤੇ ਹੱਕ ਨਿਵਾਜ਼ ਉਮਰ ਫਾਰੂਕ ਹੈਦਰੀ ਮਹਿਕਮਾ ਸਿਹਤ ਤੋਂ, ਚੌਧਰੀ ਆਫਤਾਬ ਅਤੇ ਚੌਧਰੀ ਅਹਿਮਦ ਆਫਤਾਬ ਪੱਕਾ ਡੇਰਾ ਤੋਂ, ਮੁਰੀਦ ਅਬਾਸ ਅਤੇ ਨਈਮ ਸਰਕਟ ਹਾਊਸ ਸਰਗੋਧਾ ਤੋਂ, ਮਲਕ ਅਫਰਾਜ਼ ਅਬਦੁੱਲਾ ਸਾਹਿਬ ਅਫੀਸਰ ਮਲਕ ਅਫਰਾਜ਼ ਸਾਹਿਬ ਆਫਿਸ ਮਲਕ ਅਫਰਾਜ਼ ਬਾਬਾ ਮਲਿਕ ਅਫਰਾਜ਼ ਅਬਦੁੱਲਾ, ਅੱਲਾ ਪਾਕ ਇਹਨਾਂ ਸਲਾਮਤ ਰੱਖੇ। ਸਾਡੇ ਸਾਡੇ ਰਖਵਾਲੇ ਵੀ ਹੋਏ ਜਨਾਬ ਅਤੇ ਸਾਡੇ ਭਾਈ ਵੀ ਹੋਏ, ਸ਼ਫੀਕ ਸਿਕਿਉਰਟੀ ਗਾਰਡ ਜਾਮਿਆ ਸਰਗੋਧਾ ਤੋਂ, ਸ਼ੇਖ ਯਕੂਬ ਅਤੇ ਸ਼ੇਖ ਮਹਿਮੂਦ ਅੰਮ੍ਰਿਤਸਰੀ ਕੁਲਚਾਰੀਪੁਰਾ ਚੌਕ ਤੋਂ, ਅਸਦ ਅਬਾਸ ਉਹਨਾਂ ਦੇ ਵਾਲਿਦ ਅਤਾ ਮੁਹੰਮਦ, ਬੇਟੇ ਉਸਮਾਨ ਅਲੀ, ਇਹਨਾਂ ਦੇ ਨਾਲ ਰਾਜਾ ਸ਼ਕੀਲ ਸਾਹਿਬ ਮਦੀਨਾ ਕਰਿਆਨਾ ਸਟੋਰ ਚੱਠਾ ਕਲੋਨੀ ਕੈਂਚੀ ਮੋੜ ਤੋਂ, ਬਾਜੀ ਪਰਵੀਨ ਭੁੱਟਾ ਸਾਹਿਬਾ ਕਿੜਾਨਾ ਵਿਊ ਤੋਂ, ਬਾਜੀ ਮਨਜ਼ੂਰਾ 78 ਪੁਲ ਤੋਂ, ਗੁਲਾਮ ਫਾਤਮਾ, ਕਿਰਨ ਔਰ ਖਲਦਾ, ਇਹ ਬੱਚੀਆਂ ਸਾਡਾ ਪ੍ਰੋਗਰਾਮ ਸੁਣਦੀਆਂ ਹੁੰਦੀਆਂ, ਸਾਡੀਆਂ ਭੈਣਾਂ ਔਰ ਬੱਚੀਆਂ। ਅੱਲਾ ਪਾਕ ਇਹਨਾਂ ਦੇ ਕੱਜੇ ਪਰਦੇ ਰੱਖੇ ਜੀ, ਬਹੁਤ ਆਮੀਨ ਆਮੀਨ, ਅੱਲਾ ਪਾਕ ਇਹਨਾਂ ਦੇ ਔਰ ਭੈਣਾਂ ਸੀਸ ਭਰਾਵਤ ਦੇ ਪੈਨੇ ਕੇ ਵਧੂਆਂ ਪੰਜਾਬੀ ਭਰਾਵਾਂ ਨੂੰ ਢੇਰ ਮੁਹੱਬਤਾਂ ਤੇ ਜਾਇ ਮੰਨ ਜੀ। ਭਵਾਣੇ ਤੋਂ ਜਨਾਬ ਜੰਗ ਤੋਂ ਸਾਡੇ ਨਾਲ ਇਹ ਸਾਡੀ ਪੰਜਾਬੀ ਭੈਣ, ਬਹੁਤ ਅੱਛੀ ਲਿਖਾਰੀ ਔਰ ਬਹੁਤ ਅੱਛਾ ਰਹਿਤਲ ਨਾਲ ਜੁੜਨ ਦਾ ਸਬੂਤ ਇਹ ਦਿੰਦੇ ਹੁੰਦੇ ਨੇ ਕਿ ਸਾਡਾ ਪ੍ਰੋਗਰਾਮ ਜਿਹੜਾ ਉਸਨੂੰ ਆਪਣੇ ਇਲਾਕੇ ਦੇ ਵਿੱਚ ਸ਼ੇਅਰ ਕਰਦੇ ਨੇ। ਸਾਡੀ ਰਹਿਤਲ ਯਾਨੀ ਜੰਗ ਤੱਕ ਅਪੜਾਈ ਹੋਈ ਹੈ, ਜੰਗ ਦੇ ਆਲ ਦੁਆਲ ਤੱਕ ਇਹਨਾਂ ਅਪੜਾਈ ਹੋਈ ਹੈ।
ਤਾਂ ਅੱਲਾਹ ਪਾਕ ਇਹਨਾਂ ਸਾਰਿਆਂ ਜੀਆਂ ਨੂੰ ਸਲਾਮਤ ਰੱਖੇ ਜੀ। ਸਾਡੇ ਟੱਬਰ ਦਾ ਹਿੱਸਾ ਹਨ, ਕਿਸੇ ਦੋਸਤ ਦਾ ਨਾਂ ਜਿਹੜਾ ਉਹ ਰਹਿ ਗਿਆ ਹੋਵੇ ਤੇ ਮੂੰਹ ਵੀ ਖਾਲੀ ਦੇ, ਤੁਹਾਨੂੰ ਦੱਸੀ ਵੰਜੀਏ ਤੇ ਜਨਾਬ ਸਾਰਿਆਂ ਦੱਸ ਦਿੱਤਾ ਹੈ ਕਿ ਬੱਚੀ ਜਦੋਂ ਤੁਹਾਡੀ ਤੁਹਾਡੀਆਂ ਬੱਚੀਆਂ ਸਾਡੀਆਂ ਬੱਚੀਆਂ ਜਦੋਂ ਪਰਨੀ ਕੇ ਆਪਣੇ ਸਸੁਰਾਲੀਆਂ ਦਾ ਹੀ ਵਹਿੰਦੀਆਂ ਤੇ ਅਸੀਂ ਸੋ ਅਕਾਰਬ ਜਿਹੜੀ ਉਹਦੀ ਹੌਸਲਾ ਅਫਜ਼ਾਈ ਕਰਦੇ ਹਨ ਤੇ ਉਹ ਦੁਆਈ ਦਿੰਦੇ ਨੇ, ਉਹਨਾਂ ਦਾ ਗੁੰਡ ਉਹਨਾਂ ਦਾ ਚਿਹਰਾ ਮੁਬਾਰਕ ਵੇਖ ਕੇ ਜਨਾਬ ਉਹਨਾਂ ਦੁਆ ਦਿੰਦੇ ਨੇ ਅਗਲੀ ਜ਼ਿੰਦਗੀ ਦੀ ਤੇ ਸਾਰਿਆਂ ਨਾਲ ਹੌਸਲਾ ਅਫਜ਼ਾਈ ਕਰਦੇ ਤੇ ਉਹਨੂੰ ਮੂੰਹ ਵਿਖਾਲੀ ਆਖਿਆ ਵੈਂਦਾ। ਸਾਰਿਆਂ ਦੀਆਂ ਧੀਆਂ ਭੈਣਾਂ ਸਲਾਮਤ ਰਵੇਨ, ਉਹਨਾਂ ਦੇ ਜਨਾਬ ਅੱਲਾ ਪਾਕ ਉਹਨਾਂ ਦੇ ਨੇਕ ਨਸੀਬ ਕਰੇ। ਤਾਂ ਪ੍ਰੋਗਰਾਮ ਦਾ ਵੇਲਾ ਜਿਹੜਾ ਹੋ ਗਿਆ ਮੁੱਕ ਜੀ, ਗੱਲਾਂ ਬਾਤਾਂ ਜਿਹੜੀਆਂ ਰਹਿ ਗਈਆਂ ਕੱਲ੍ਹ ਵੱਧ 7 ਵਜੇ ਤੁਹਾਡੇ ਨਾਲ ਹੋਸੇ, ਕੱਲ੍ਹ 7 ਵਜੇ ਤੱਕ ਦਿਓ ਇਜਾਜ਼ਤ। ਅੱਲਾ ਪਾਕ ਤੁਹਾਡੀਆਂ ਜ਼ਿੰਦਗੀਆਂ ਕਰੇ, ਰੱਬ ਰਾਖਾ, ਪਾਕਿਸਤਾਨ ਜ਼ਿੰਦਾਬਾਦ।